प्यार से समात फरमाइएगा। तो अब मैं खिताब के लिए दावते सुहन दे रहा हूं। फाजले नौजवान मकर्रे दीशान हजरत मौलाना सलमान शरीफ साहब इंशाअल्लाह रहमान किताब व सुन्नत की रोशनी में आला इबाद गिल्लदीन मुस्तफा रब शराखली सदरी वयसली अमरी वाहलुल उकदतम मिन लिसानी अबकहू कौली रब जदनी इल्मन रब जदनी इल्मा اللهم صل على محمد وعلى آل محمد كما تحب وترضى أعوذ بالله السميع العليم من الشيطان الرجيم يا أيها الذين آمنوا توبوا إلى الله توبة نصوحا और सब बुराइयों कर गुण तौबा ते अल्लाह ही बख्शन हारा ते तौबा किते अमूल न जावी हो जासी छुटकारा। हर किस्म दी हमदो सलाम अल्लाह रब रहमान वास्ते बेशुमार अनगिनत दुरूद व सलाम सैयद अल अव्वलीन वल आखिरीन इमाम कायनात मेरे और तुसां दे पीरो मुर्शिद हजरत मुहम्मद रसूलुल्लाह गज वज के कह दो सल्लल्लाहु अलैहि व आलिहि वसल्लम दी जात गिरामी ते सरकार दा जदों भी ना आवे ना नबी पाक दा साडे ते हक मन जुकिर तु इंदा हु फलियु सल्ली अलैयाम आप फरमांदर जिंदे सामने मेरा नारे आ जाए ना उनु चाहिदा मेरे मोहम्मद उत्ते दुरूद पढ़ दिता करे। अल्लाह सानू नबी पाक ते ना दुरूद पढ़न दी तौफीक अता फरमाए। मेरे तो पहले बरादरे मुकर्रम हजरत मौलाना अबू बकर सूत अबू बकर रियाज अजदानी साहब तुहाडे सामने किताब फरमा रहे सन और उन्होंने तो बाद एक छोटा भाई थोड़े सामने बड़ा सोना किताब फरमा रहा सी। दुआ करो इस बच्चे नु अल्लाह अपने दीन वास्ते पसंद फरमाए। दोस्तों बुजुर्गो भाइयों बड़ी देर तो तशरीफ फरमा जी अल्लाह पाक थोड़ा बहना कबूल फरमाए। उलमाए किराम दा सुनाना
ਔਰ ਤੁਹਾਡਾ ਸੁਣਨਾ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾਏ। ਭਾਈ ਉਸਮਾਨ ਸਾਹਿਬ, ਅੱਲਾ ਮੇਰੇ ਸਰੀਰ ਦੀ ਉਮਰ 'ਚੋਂ ਬਰਕਤ ਫਰਮਾਏ। ਮੇਰੇ ਦਿਮਾਗ 'ਚ ਜਿਹੜਾ ਮੌਜੂ ਆਇਆ ਹੈ ਨਾ, ਉਹ ਹੈ ਤੌਬਾ। ਦੁਆ ਕਰੋ ਅੱਲਾ ਸਾਨੂੰ ਪੱਕੀ ਸੱਚੀ ਤੌਬਾ ਕਰਨ ਦੀ ਤੌਫੀਕ ਅਤਾ ਫਰਮਾਏ। ਇਨਸਾਨ ਗਲਤੀ ਤਾਂ ਪੁੱਤਲਾ, ਇਨਸਾਨ ਭੁੱਲਣ ਵਾਲਾ, ਗਲਤੀਆਂ ਕਰਨ ਵਾਲਾ, ਪਾਪ ਕਰਨ ਵਾਲਾ, ਅੱਲਾ ਦੀਆਂ ਨਾ ਫਰਮਾਨੀਆਂ ਕਰਨ ਵਾਲਾ, ਅੱਲਾ ਦੀਆਂ ਬਗਾਵਤਾਂ ਕਰਨ ਵਾਲਾ, ਇਹ ਇਨਸਾਨ ਦੇ ਅੰਦਰ ਗੱਲ ਰੱਖ ਦਿੱਤੀ ਗਈ ਹੈ। ਕੁੱਲੂ ਬਣੀ ਆਦਮ ਖਤਾਉਨ ਵਖੈਰੁਲ ਖਤਾਈਨ ਅਤਵਾਬੂਨ। ਸਰਕਾਰ ਫਰਮਾਉਂਦੇ ਨੇ ਆਦਮ ਦੀ ਸਾਰੀ ਔਲਾਦ ਹੀ ਖਤਾਕਾਰ ਹੈ, ਆਦਮ ਦੀ ਸਾਰੀ ਔਲਾਦ ਹੀ ਖਤਾਕਾਰ। ਪਰ ਚੰਗਾ ਬੰਦਾ ਹੁੰਦਾ ਜੇ ਬੰਦਾ ਭੁੱਲ ਜਾਏ ਨਾ, ਜਿੰਨੀ ਜਲਦੀ ਮੁੜ ਪਵੇ ਓਨੀ ਜਲਦੀ ਮੁੜਨਾ ਆਸਾਨ ਹੁੰਦਾ। ਜੇ ਬੰਦਾ ਅਗਾਂ ਦਾਗਾਂ ਨਿਕਲਦਾ ਜਾਏ ਨਾ, ਫਿਰ ਮੁੜਨਾ ਵੀ ਬੜਾ ਔਖਾ ਹੋ ਜਾਂਦਾ। ਅਜੋ ਹੀ ਗੱਲ ਨਬੀ ਪਾਕ ਫਰਮਾਉਂਦੇ ਨੇ ਵਖੈਰੁਲ ਖਤਾਈਨ ਅਤਵਾਬੂਨ। ਸਭ ਤੋਂ ਚੰਗਾ ਬੰਦਾ ਹੋਏ ਜਿਹੜਾ ਗਲਤੀ ਕਰਕੇ ਰੱਬ ਦੇ ਦਰਬਾਰ ਚੋਂ ਆ ਕੇ ਮੁਆਫੀਆਂ ਮੰਗਦਾ, ਅੱਲਾ ਮੁਆਫ ਫਰਮਾ ਦਿੰਦੇ ਨੇ ਔਰ ਮੁਆਫੀ ਇਹੋ ਜਿਹਾ ਕਰਦੇ ਨੇ। ਓਏ ਖੁੜੀਆਂ ਦੇ ਆਬਾਸੀਆਂ, ਕੋਈ ਜਨਾਬ ਕਿਸੇ ਨੂੰ ਤਾਨੇ ਮਾਰ ਕੇ ਮੁਆਫ ਕਰੇ, ਕੋਈ ਕਿਸੇ ਨੂੰ ਬੋੜੀਆਂ ਮਾਰ ਕੇ ਮੁਆਫ ਕਰੇ, ਕੋਈ ਕਿਸੇ ਨੂੰ ਜ਼ਲੀਲੋ ਰਸਵਾ ਕਰਕੇ ਮੁਆਫ ਕਰੇ, ਅੱਲਾ ਕਹਿੰਦੇ ਨੇ ਮੈਂ ਤੈਨੂੰ ਤਾਨਾ ਵੀ ਨਹੀਂ ਮਾਰਾਂਗਾ, ਮੈਂ ਤੈਨੂੰ ਬੋਲੀ ਵੀ ਨਹੀਂ ਮਾਰਾਂਗਾ। ਅਤਾਈਬੋ ਮਿਨਤ ਜ਼ੰਬੀ ਕਮਲ ਲਾਜ਼ੰਬਾ ਲਾਹੂ, ਤੇ ਮੈਂ ਤੇਰੇ ਗੁਨਾਹਾਂ ਨੂੰ ਇੰਜ ਮੁਆਫ ਕਰ ਦਿਆਂਗਾ ਜਿਵੇਂ ਤੂੰ ਗੁਨਾਹ ਕੀਤਾ ਹੀ ਕੋਈ ਨਹੀਂ। ਅੱਲਾਹ ਅਕਬਰ ਅੱਲਾਹ। ਫਿਰ ਅੱਲਾਹ ਸਾਨੂੰ ਤੌਬਾ ਕਰਨ ਦੀ ਤੌਫੀਕ ਅਤਾ ਫਰਮਾ। ਓਏ ਦੋਸਤਾਂ, ਉਮਰ ਲੰਘਦੀ ਜਾ ਰਹੀ ਹੈ, ਵੇਲਾ ਲੰਘਦਾ ਜਾ ਰਿਹਾ। ਆ ਕੁਰਾਨ ਐਲਾਨ ਕਰਦਾ, ਅੱਲਾਹ ਪਾਕ ਫਰਮਾਉਂਦੇ ਨੇ ਯਾ ਅਯੂਹੱਲਜ਼ੀਨਾ ਆਮਨੂ ਤੂਬੂ ਇਲੱਲਾਹ ਤੌਬਤਨ ਨਸੂਹਾ। ਇਮਾਨ ਵਾਲਿਓ, ਆਜੋ ਮੇਰੇ ਕੋਲੋਂ ਮੁਆਫੀਆਂ ਮੰਗ ਲਵੋ, ਆਜੋ ਮੇਰੇ ਕੋਲੋਂ ਤੌਬਾ ਇਸਤਿਗਫਾਰ ਕਰ ਲਵੋ। ਅੱਲਾਹ ਸੋਹਣਿਆ, ਇਹੋ ਜਿਹੀ ਤੌਬਾ ਕਰਨੀ ਹੈ? ਅੱਲਾਹ ਪਾਕ ਫਰਮਾਉਂਦੇ ਨੇ ਤੌਬਤਨ ਨਸੂਹਾ, ਪੱਕੀ ਸੱਚੀ ਤੌਬਾ ਕਰ ਲਓ, ਆਜੋ ਮੁਆਫੀਆਂ ਮੰਗ ਲਓ, ਆਜੋ ਗਲਤੀਆਂ ਲੈ ਕੇ ਆ ਜਾਓ, ਆਜੋ ਪਾਪ ਲੈ ਕੇ ਆ ਜਾਓ, ਆਜੋ ਕਮੀਆਂ ਲੈ ਕੇ ਆ ਜਾਓ, ਆਜੋ ਆਪਣੀਆਂ ਲੰਸ਼ਾਂ ਲੈ ਕੇ ਆ ਜਾਓ, ਆਜੋ ਆਪਣੀਆਂ ਹਤਾਵਾਂ ਲੈ ਕੇ ਆ ਜਾਓ। ਆਉਣ ਤੁਹਾਡਾ ਕੰਮ ਮੁਆਫ ਕਰਨਾ ਮੇਰਾ ਕੰਮ ਹੈ। ਓਏ ਵੀਰਾ ਆ ਜਾਣਾ, ਆਪਣੇ ਰੱਬ ਨੂੰ ਮਨਾ ਜਾਣਾ, ਆ ਜਾ ਆਪਣੇ ਰੱਬ ਕੋਲੋਂ ਮੁਆਫੀਆਂ ਮੰਗ ਲੈ, ਆ ਜਾ ਆਪਣੇ ਰੱਬ ਕੋਲੋਂ ਤੌਬਾ ਕਰ ਲੈ। ਇੰਤਜ਼ਾਰ ਹੋ ਰਹੇ ਨੇ, ਅੱਲਾ ਪਾਕ ਇੰਤਜ਼ਾਰ ਫਰਮਾ ਰਹੇ ਨੇ, ਆ ਤੇਰਾ ਮੇਰਾ ਅੱਲਾ ਇੰਤਜ਼ਾਰ ਕਰਦੇ ਨੇ। ਮੈਂ ਤਾਦੀਸ ਪਾਕ ਚੋਂ ਪੜਿਆ, ਅੱਲਾ ਦੇ ਪਾਕ ਪੈਗੰਬਰ ਜਨਾਬ ਮੁਹੰਮਦ
ਸੱਲੱਲਾਹੁ ਅਲੈਹਿ ਵਸੱਲਮ ਆ ਤੈਨੂੰ ਤੇਰੇ ਨਬੀ ਦੀ ਗੱਲ ਸੁਣਾਉਂਦਾ ਜਾਵਾਂ ਓਏ ਕੁੜੀਆਂ ਤੇ ਆਪਾਸੀਆਂ ਆ ਤੈਨੂੰ ਜਹਾਨਾਂ ਦੇ ਨਬੀ ਦੀ ਗੱਲ ਸੁਣਾਵਾਂ ਤੈਨੂੰ ਸਾਰੀ ਕਾਇਨਾਤ ਦੇ ਇਮਾਮ ਦੀ ਗੱਲ ਸੁਣਾਵਾਂ ਆ ਤੈਨੂੰ ਸਾਰੇ ਜਹਾਨ ਦੇ ਸੁਲਤਾਨ ਦੀ ਗੱਲ ਸੁਣਾਵਾਂ ਆ ਰੱਬ ਦੀ ਬੋਲੀ ਬੋਲਣ ਵਾਲਾ ਆਪਣੀ ਮਰਜ਼ੀ ਨਾਲ ਤਾਂ ਬੋਲਦਾ ਹੀ ਨਹੀਂ ਉਦੋਂ ਬੋਲਦਾ ਜਦੋਂ ਅੱਲਾਹ ਪਾਕ ਬੁਲਾਉਂਦੇ ਨੇ ਮੇਰੇ ਮੁਹੰਮਦ ਬੋਲਣਾ ਸ਼ੁਰੂ ਕਰ ਦਿੰਦੇ ਨੇ ਤੇ ਕਹਿਣ ਵਾਲਾ ਕਹਿੰਦਾ ਓਏ ਉਹਦੇ ਲੱਭਾਂ ਉੱਤੇ ਰੱਬ ਬੋਲਦਾ ਜੇ ਓਏ ਉਹਦੇ ਲੱਭਾਂ ਉੱਤੇ ਰੱਬ ਬੋਲਦਾ ਜੇ ਔਰ ਜਦੋਂ ਰੱਬ ਬੁਲਾਵੇ ਬੋਲਦਾ ਜੇ ਔਰ ਸੋਨਾ ਰਹਿਮਤ ਮੋਤੀ ਰੋਲਦਾ ਜੇ ਉਹਦਾ ਬੋਲਣ ਰੱਬ ਦਾ ਕੁਰਾਨ ਆਇਆ ਕਾਇਨਾਤ ਦਾ ਪਿਆਰਾ ਇਮਾਮ ਆਇਆ ਔਰ ਮਿੱਠੀ ਬੋਲੀ ਤੇ ਹੁਲਕ ਅਜ਼ੀਮ ਆਇਆ ਉਹ ਬਣ ਕੇ ਰੱਬ ਦਾ ਇਮਾਮ ਆਇਆ ਕਾਇਨਾਤ ਦਾ ਸੋਹਣਾ ਇਮਾਮ ਆਇਆ ਅੱਲਾ ਦੇ ਨਬੀ ਫਰਮਾਉਂਦੇ ਨੇ ਇਨ ਅੱਲਾਗਮ ਯਬ ਸੁਤੁ ਯਾਦਾ ਗੁਬਿਲ ਜਦੋਂ ਰਾਤਾਂ ਹੋ ਜਾਂਦੀਆਂ ਨੇ ਸ਼ਾਮਾਂ ਪੈ ਜਾਂਦੀਆਂ ਨੇ ਅੱਲਾ ਪਾਕ ਆਪਣੇ ਬੰਦਿਆਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਉਹ ਫਲਾਣਿਆਂ ਤੂੰ ਹੀ ਆ ਜਾ ਉਹ ਫਲਾਣਿਆਂ ਤੂੰ ਹੀ ਆ ਜਾ ਉਹ ਫਲਾਣਿਆਂ ਤੂੰ ਹੀ ਆ ਜਾ ਯਾ ਅੱਲਾ ਕੀ ਗੱਲ ਨੇ ਅੱਲਾ ਕਹਿੰਦੇ ਨੇ ਅੱਜ ਤੂੰ ਫਲਾਂ ਗੁਨਾਹ ਕੀਤਾ ਅੱਜ ਤੂੰ ਫਲਾਂ ਗਲਤੀ ਕੀਤੀ ਏ ਅੱਜ ਤੂੰ ਫਲਾਣਾ ਫਰਮਾਨੀ ਕੀਤੀ ਏ ਅੱਜ ਤੂੰ ਫਲਾਂ ਪਾਪ ਕਰ ਬੈਠਾ ਏ ਅੱਲਾ ਸੋਹਣਿਆ ਹੁਣ ਕੀ ਚਾਹੀਦਾ ਅੱਲਾ ਫਰਮਾਉਂਦੇ ਨੇ ਓਏ ਜਿਹਨੇ ਗੁਨਾਹ ਕੀਤਾ ਈ ਰਾਤ ਹੋ ਗਈ ਓ ਇੱਕ ਦਿਨ ਆਉਣ ਵਾਲਾ ਤੇਰੀ ਜ਼ਿੰਦਗੀ ਦੀ ਵੀ ਰਾਤ ਹੋ ਜਾਣੀ ਏ ਇਸ ਤੋਂ ਪਹਿਲੇ ਜ਼ਿੰਦਗੀ ਦੀ ਰਾਤ ਹੋ ਜਾ ਆ ਜਾ ਮੇਰੇ ਕੋਲ ਮਾਫੀ ਮੰਗ ਲੈ ਮੈਂ ਤੈਨੂੰ ਮਾਫ ਕਰ ਦੇਵਾਂਗਾ ਅੱਲਾ ਕਹਿੰਦੇ ਨੇ ਆਉਣ ਵਾਲਾ ਬਣ ਮੇਰੇ ਬੂਹੇ ਤੇ ਬਹਿਣ ਵਾਲਾ ਬਣ ਮੈਨੂੰ ਮਨਾਉਣ ਵਾਲਾ ਬਣ ਮੈਨੂੰ ਰਾਜ਼ੀ ਕਰਨ ਵਾਲਾ ਬਣ ਮੈਂ ਤਾਂ ਵੱਡਿਆਂ ਵੱਡਿਆਂ ਤੇ ਰਾਜ਼ੀ ਹੋ ਗਿਆ ਮੈਂ ਤਾਂ ਵੱਡਿਆਂ ਵੱਡਿਆਂ ਨੂੰ ਮੁਆਫ਼ ਕਰ ਦਿੱਤਾ ਕਿਤੇ 100 ਬੰਦੇ ਦੇ ਕਾਤਲ ਨੂੰ ਮੁਆਫ਼ ਕਰ ਦਿੱਤਾ ਕਿਤੇ ਮੈਂ ਆਪਣੀਆਂ ਨਾ ਫਰਮਾਨੀਆਂ ਕਰਨ ਵਾਲਿਆਂ ਨੂੰ ਮੁਆਫ਼ ਕਰ ਦਿੱਤਾ ਅੱਲਾਹੁ ਅਕਬਰ ਅੱਲਾ ਅੱਲਾ ਬੜਾ ਗਫੂਰ ਰਹੀਮ ਏ ਕਿੱਡਾ ਕੁ ਗਫੂਰ ਰਹੀਮ ਏ ਆ ਦੋਸਤਾਂ ਧਿਆਨ ਕਰੀ ਤੇ ਤਵੱਜੋ ਕਰੀ ਅੱਲਾ ਦੇ ਪਾਕ ਪੈਗੰਬਰ ਸਿਆਬਾ ਚੋਂ ਬੈਠੇ ਹੋਏ ਨੇ ਆਮਿਨਾ ਦੇ ਲਾਲ ਸਾਰੀ ਕਾਇਨਾਤ ਦੇ ਸਰਦਾਰ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਰਕਾਰ ਬੈਠੇ ਨੇ ਤੇ ਨਬੀ ਪਾਕ ਫਰਮਾਉਂਦੇ ਨੇ ਪਹਿਲੇ ਵੇਲਿਆਂ ਦੀ ਗੱਲ ਕਦੋਂ ਦੀ ਪਹਿਲੇ ਵੇਲਿਆਂ ਦੀ ਬਾਤ ਮਹਿਬੂਬਾ ਬਾਤ ਕੀ ਏ ਗੱਲ ਕੀ ਏ ਆਪ ਫਰਮਾਉਂਦੇ ਨੇ ਇੱਕ ਬੰਦਾ ਬੜਾ ਪਾਪੀ ਬੜਾ ਗੁਨਹਗਾਰ ਬੰਦਾ ਬੜਾ ਖਤਾਕਾਰ ਬੰਦਾ ਅੱਲਾਹੁ ਅਕਬਰ ਅੱਲਾ ਉਮਰਾਂ ਦਾ ਪਾਪੀ ਉਮਰਾਂ ਦਾ ਗੁਨਹਗਾਰ ਪੈਰ ਪੈਰ ਤੇ ਅੱਲਾ ਦੀਆਂ ਬਗਾਵਤਾਂ ਕਰਨ ਵਾਲਾ ਪੈਰ ਪੈਰ ਤੇ ਥਿੜਕਣ ਵਾਲਾ ਪੈਰ ਪੈਰ ਤੇ ਨਾ ਫਰਮਾਨੀਆਂ ਕਰਨ ਵਾਲਾ ਬੜਾ ਫਰਮਾਨੀਆਂ ਕਰਦਿਆਂ ਕਰਦਿਆਂ ਬੁੱਢਾ ਹੋ ਗਿਆ ਓਏ ਕਰ ਕਰ ਵਧੀਆਂ ਬੁੱਢਾ ਗੋਇਓਂ ਓਏ ਕਰ ਕਰ ਵਧੀਆਂ ਬੁੱਢਾ ਗੋਇਓਂ ਤੇ ਨਿਕਲ ਗਿਆ ਕੁੱਬ ਤੇਰਾ
ਅਜੇ ਵੀ ਬਦਿਓ ਬਾਦ ਨਾ ਆਇਓ ਔਰ ਬਾਬਾ ਸ਼ਖਸ ਦਲੇਰਾ ਉਮਰ ਦਾ ਪਾਪੀ ਇਹਨੇ ਜਨਾਬ ਆਪਣੀ ਸਾਰੀ ਉਮਰ ਅੱਲਾ ਦੀਆਂ ਨਾ ਫਰਮਾਨੀਆਂ ਅੰਦਰ ਗੁਜ਼ਾਰ ਦਿੱਤੀ। ਮੌਤ ਦਾ ਵੇਲਾ ਆ ਗਿਆ ਨਾ, ਮਰਨ ਦਾ ਵੇਲਾ ਆ ਗਿਆ, ਓਏ ਵੀਰਾ ਮਰਨਾ ਹੀ ਮਰਨਾ। ਆ ਦੁਨੀਆ ਮੁਸਾਫਰ ਗਣੇ ਬੜੇ ਬੜੇ ਆ ਕੇ ਚਲੇ ਗਏ ਨਾ, ਓਏ ਦੁਨੀਆ ਇੱਕ ਮੁਸਾਫਰ ਗਣਾ, ਓਏ ਦੁਨੀਆ ਇੱਕ ਮੁਸਾਫਰ ਗਣਾ, ਇੱਕ ਜਾਵੇ ਆਵੇ ਔਰ ਕਿੰਦੀ ਮਜਾਰੇ ਮੁਹੰਮਦ ਬਖਸ਼ਾਮ ਤੇ ਪੱਕੇ ਡੇਰੇ ਲਾਵੇ। ਵੱਡੇ ਵੱਡੇ ਆ ਕੇ ਚਲੇ ਗਏ, ਵੱਡਿਆਂ ਵੱਡਿਆਂ ਦੀਆਂ ਮੌਤ ਨੇ ਆਕੜਾਂ ਬਣ ਕੇ ਰੱਖ ਦਿੱਤੀਆਂ, ਵੱਡਿਆਂ ਵੱਡਿਆਂ ਦੀਆਂ ਮੌਤ ਨੇ ਮਨਕੀਆਂ ਮਰੋੜ ਕੇ ਰੱਖ ਦਿੱਤੀਆਂ। ਅੱਲਾਹੁ ਅਕਬਰ ਅੱਲਾ, ਇਹ ਸਾਰੀ ਉਮਰਾਂ ਦਾ ਪਾਪੀ ਦੁਨੀਆ ਤੋਂ ਜਾ ਰਿਹਾ, ਆਪਣੀ ਔਲਾਦ ਨੂੰ ਇਕੱਠਿਆਂ ਕਰ ਲੈਂਦਾ ਏ, ਆਪਣੇ ਆਸੇ ਪਾਸੇ ਬਿਠਾ ਲੈਂਦਾ ਏ, ਕਹਿੰਦਾ ਮੇਰੇ ਪੁੱਤਰੋ ਮੇਰੀ ਗੱਲ ਸੁਣ ਲਓ ਸੁਣ ਲਓ, ਮੈਂ ਸਾਰੀ ਉਮਰ ਗੁਨਾਹ ਕਰਦਿਆਂ ਲੰਘਾ ਦਿੱਤੀ ਏ, ਸਾਰੀ ਉਮਰ ਅੱਲਾ ਪਾਕ ਦੀਆਂ ਨਾ ਫਰਮਾਨੀਆਂ ਕਰਦਿਆਂ ਗੁਜ਼ਾਰ ਦਿੱਤੀ ਏ, ਸਾਰੀ ਉਮਰ ਅੱਲਾ ਦੀਆਂ ਬਗਾਵਤਾਂ ਕਰਦਿਆਂ ਗੁਜ਼ਾਰ ਦਿੱਤੀ ਏ। ਆ ਮੇਰੇ ਪੁੱਤਰੋ ਹੁਣ ਮੇਰੀ ਮੌਤ ਦਾ ਵੇਲਾ ਆ ਗਿਆ ਏ, ਮੈਨੂੰ ਲੱਗਦਾ ਪਿਆ ਹੁਣ ਜਾਮ ਦੇ ਵੇਲੇ ਆ ਗਏ ਨੇ, ਮੈਨੂੰ ਲੱਗਦਾ ਪਿਆ ਏ ਦੁਨੀਆਂ ਛੱਡਣ ਦੇ ਵੇਲੇ ਆ ਗਏ ਨੇ। ਅੱਲਾਹੁ ਅਕਬਰ ਅੱਲਾ, ਇਹ ਪੁੱਤਰ ਕਹਿੰਦੇ ਨੇ ਅੱਬਾ ਗੱਲ ਕਰ ਗੱਲ ਕੀ ਏ, ਅੱਬਾ ਬਾਤ ਕਰ ਬਾਤ ਕੀ ਏ। ਇਹ ਕਹਿੰਦੇ ਨੇ ਪੁੱਤਰੋ ਜਦੋਂ ਮੈਂ ਫੌਤ ਤੋਂ ਜਾਵਾਂ, ਜਦੋਂ ਮੈਂ ਟੁਰ ਜਾਵਾਂ, ਜਦੋਂ ਦੁਨੀਆ ਚੜ ਜਾਵਾਂ, ਮੈਨੂੰ ਦਫ਼ਨ ਨਾ ਕਰਿਆ ਜੇ, ਮੇਰੇ ਜਿਸਮ ਨੂੰ ਸਾੜ ਕੇ ਸੁਆ ਕਰ ਦਿਆ ਜੇ, ਮੇਰੀ ਰਾਗ ਨੂੰ ਹਵਾਵਾਂ ਵਿੱਚ ਉਡਾ ਦਿਆ ਜੇ, ਬਦਾਵਾਂ ਵਿੱਚ ਖਿਲਾਰ ਦਿਆ ਜੇ, ਸਮੁੰਦਰਾਂ ਵਿੱਚ ਬਹਾ ਦਿਆ ਜੇ। ਅੱਲਾਹੁ ਅਕਬਰ ਅੱਲਾ, ਇਹ ਆਪਣੇ ਬੱਚਿਆਂ ਨੂੰ ਨਸੀਹਤਾਂ ਪਿਆ ਕਰਦਾ, ਆਪਣੇ ਬੱਚਿਆਂ ਨੂੰ ਵਸੀਤਾਂ ਪਿਆ ਕਰਦਾ, ਤੇ ਪੁੱਤਰ ਕਹਿੰਦੇ ਨੇ ਅੱਬਾ ਜਿਵੇਂ ਤੂੰ ਕਵੇਂਗਾ ਉਵੇਂ ਕਰ ਦੇਵਾਂਗੇ। ਇਹ ਬੰਦਾ ਫੌਤ ਹੋ ਗਿਆ, ਇਹਦੇ ਪੁੱਤਰਾਂ ਨੇ ਇਹਦੇ ਜਿਸਮ ਨੂੰ ਝਾੜ ਦਿੱਤਾ ਨਾ, ਝਾੜ ਕੇ ਸੁਆਹ ਕਰ ਦਿੱਤਾ ਨਾ, ਅੱਜ ਕਰਕੇ ਇਹਦੀ ਰਾਗ ਬਣਾ ਦਿੱਤੀ ਨਾ, ਰਾਗ ਨੂੰ ਹਵਾਵਾਂ ਵਿੱਚ ਉਡਾ ਦਿੱਤਾ, ਰਾਗ ਨੂੰ ਪਦਾਵਾਂ ਵਿੱਚ ਕਲਾਰ ਦਿੱਤਾ, ਸਮੁੰਦਰਾਂ ਵਿੱਚ ਬਹਾ ਦਿੱਤਾ। ਇਹਨੇ ਸੋਚਿਆ ਨਾ ਮੈਂ ਹੋਵਾਂਗਾ ਨਾ ਰੱਬ ਦੇ ਸਵਾਲਾਂ ਦਾ ਜਵਾਬ ਦੇਵਾਂਗਾ, ਪਰ ਇਹਨੂੰ ਪਤਾ ਨਹੀਂ ਮੇਰਾ ਰਹਿਮਾਨ ਤਾਕਤਾਂ ਵਾਲਾ ਏ, ਮੇਰਾ ਰਹਿਮਾਨ ਤਾਕਤਾਂ ਵਾਲਾ ਏ। ਤਬਾਰਾ ਗੱਲਾਂ ਦੀ ਵੀ ਆਦੀ ਗਿਲ ਮੁਲਕੂਮ ਵਾਹੂਆ ਆਲਾਮ ਕੁੱਲੀ ਸ਼ਈ ਇਨ ਕਦੀ ਅੱਲਾ ਫਰਮਾਉਂਦੇ ਨੇ ਬਾਬਰ ਕਜ਼ਾ ਤੂੰ ਜਿੰਦੇ ਹੱਥੋਂ ਜ਼ਮੀਨੋਂ ਸਮਾਨ ਦੀਆਂ ਬਾਦਸ਼ਾਹੀਆਂ, ਜਿੰਦੇ ਹੱਥੋਂ ਸਾਰੇ ਜਹਾਨ ਦੀਆਂ ਕੁਦਰਤਾਂ ਨੇ। ਅੱਲਾ ਅੱਗੇ ਤਾਂ ਕੁਝ ਵੀ ਨਾ ਮੁਮਕਨ ਨਹੀਂ ਹੈਗਾ ਨਾ, ਅੱਲਾ ਜੋ ਚਾਹਵਣ ਕਰ ਸਕਦੇ ਨੇ, ਅੱਲਾ ਜੋ ਚਾਹਵਣ ਬਣਾ ਸਕਦੇ ਨੇ, ਜੋ ਚਾਹਵਣ ਵਿਖਾ ਸਕਦੇ ਨੇ ਕਰ ਸਕਦੇ ਕਿ ਨਹੀਂ। ਉਹਦੇ ਕੋਲ ਬੜੀਆਂ ਤਾਕਤਾਂ, ਉਹ ਬੜੀਆਂ ਕੁਦਰਤਾਂ ਵਾਲਾ, ਤੇ ਕਿੱਥੇ ਮੈਨੂੰ ਇਲਾਬਾ ਦੀ ਯਾਦ ਆ ਗਿਆ। ਅੱਲਾ ਕਬਰ ਮੁਨਫਰ ਫਰਮਾ ਦੇ, ਕਹਿੰਦੇ ਕਿ ਹਰ ਚੀਜ਼ ਤੇ ਕਾਦਰ ਕਦੀਰ ਗੈ ਤੂੰ।
ਤੂੰ ਔਰ ਜੋ ਚਾਵੇਂ ਤੂੰ ਕਰਕੇ ਵਿਖਾ ਦੇਨਾ ਏ ਔਰ ਪਾਣੀ ਉੱਤੇ ਜ਼ਮੀਨ ਖਿਲਾਰ ਦੇਨਾ ਏ ਔਰ ਥੰਮਾ ਬਾਜ ਅਸਮਾਨ ਟਿਕਾ ਦੇਨਾ ਏ ਔਰ ਕਰਨ ਲਈ ਆਰਾਮ ਤੂੰ ਬੰਦਿਆਂ ਦੇ ਦਿਨ ਖਤਮ ਕਰਕੇ ਰਾਤ ਪਾ ਦੇਨਾ ਏ ਇਸੇ ਤਰ੍ਹਾਂ ਜ਼ਰੂਰਤ ਦੇ ਤਹਿਤ ਮੁੜ ਕੇ ਤੂੰ ਰਾਤ ਦੇ ਵਿੱਚੋਂ ਦਿਨ ਚੜਾ ਦੇਨਾ ਏ ਔਰ ਹੋਵੇ ਉਹ ਜੋ ਤੈਨੂੰ ਮਨਜ਼ੂਰ ਹੋਵੇ ਔਰ ਤਗੜੇ ਮਾੜਿਆਂ ਕੋਲੋਂ ਮਰਵਾ ਦੇਨਾ ਏ ਔਰ ਬੀਬੀ ਮਰੀਮ ਤੇ ਜਦੋਂ ਹੀ ਇਲਜ਼ਾਮ ਲੱਗੇ ਈਸਾ ਨਬੀ ਨੂੰ ਬੋਲਣ ਸਿਖਾ ਦੇਨਾ ਏ ਔਰ ਬੱਚੇ ਜੰਮਦੇ ਕਦੀ ਨਹੀਂ ਬੋਲਦੇ ਨੇ ਤੂੰ ਚਾਵੇਂ ਤੇ ਜੰਮਦੇ ਬੁਲਾ ਦੇਨਾ ਏ ਅੱਲਾਹ ਅੱਲਾ ਦਿੰਦਾ ਕਿਉਂ ਜੀ ਰੱਬ ਕਰ ਸਕਦਾ ਕਿ ਨਹੀਂ ਓਏ ਕੁੜੀਆਂ ਦੇ ਬਾਛੀਓ ਰੱਬ ਦੇ ਕੁਣ ਚੋਂ ਬਣੀਆਂ ਤਾਕਤਾਂ ਅੱਲਾ ਪਾਕ ਨੇ ਕੁਣ ਗਿਆ ਇਹ ਬੰਦਾ ਬਣ ਗਿਆ ਤੇ ਰਹਿਮਾਨ ਨੇ ਨੂੰ ਆਪਣੇ ਨੇੜੇ ਕਰ ਲਿਆ ਅੱਲਾ ਫਰਮਾਉਂਦੇ ਨੇ ਆ ਮੇਰੇ ਬੰਦੇ ਤੈਨੂੰ ਕੀ ਬਣਿਆ ਤੈਨੂੰ ਕੀ ਹੋਇਆ ਤੈਨੂੰ ਕਾਹਦੀਆਂ ਲੋੜਾਂ ਪੈ ਗਈਆਂ ਨਾ ਵੀ ਮਾਂ ਫਾਲਤਾ ਹਾਦਮ ਕਿਉਂ ਇਹ ਕੰਮ ਕੀਤਾ ਈ ਕਹਿੰਦਾ ਅੱਲਾ ਸੋਹਣਿਆ ਜਦੋਂ ਮੇਰੀ ਮੌਤ ਦਾ ਵੇਲਾ ਆਇਆ ਅੱਲਾ ਸੋਹਣਿਆ ਮੈਂ ਡਰ ਅੱਲਾ ਸੁਣਿਆ ਤੇਰਾ ਸਾਹਮਣਾ ਕਿਵੇਂ ਕਰਾਂਗਾ ਯਾ ਅੱਲਾ ਤੇਰੇ ਸਾਹਮਣੇ ਕਿਵੇਂ ਆਵਾਂਗਾ ਮੈਨੂੰ ਡਰ ਪਿਆ ਹੁੰਦਾ ਸੀ ਯਾ ਅੱਲਾ ਮੈਂ ਤਾਂ ਡਰਦਾ ਪਿਆ ਸਾਂ ਅੱਲਾ ਪਾਕ ਫਰਮਾਉਣਗੇ ਓਏ ਅਖੀਰ ਦੇ ਵੇਲੇ ਡਰ ਗਿਆ ਜਾ ਮੈਂ ਤੇਰੀ ਜ਼ਿੰਦਗੀ ਦੇ ਸਾਰੇ ਗੁਨਾਹਾਂ ਨੂੰ ਹੀ ਮੁਆਫ ਫਰਮਾ ਦਿੱਤਾ ਗਏ ਓਏ ਮੌਲਾ ਬੜਾ ਗਫੂਰ ਰਹੀਮ ਗਏ ਤੂੰ ਔਰ ਮੌਲਾ ਬੜਾ ਗਫੂਰ ਰਹੀਮ ਗਏ ਤੂੰ ਔਰ ਰਹਿਮ ਕਰਦਿਆਂ ਤੂੰ ਨਹੀਂ ਥੱਕਣਾ ਏ ਗੁਨਾਹ ਕਰਦੇ ਅਸਾਂ ਭਾਵੇਂ ਅੱਗ ਜਾਈਏ ਔਰ ਮਾਫ ਕਰਦਿਆਂ ਤੂੰ ਨਹੀਂ ਥੱਕਣਾ ਏ ਔਰ ਨਾ ਫਰਮਾਨੀਆਂ ਤੇਰੀਆਂ ਸਾਂ ਕਰਦੇ ਪਰ ਤੂੰ ਰਹਿਮਤੀ ਨਜ਼ਰ ਨਾਲ ਥੱਕਣਾ ਏ ਉਮਤ ਸਮਝ ਮਹਿਬੂਬ ਦੀ ਕਰੇ ਉਲਫਤ ਉਮਤ ਸਮਝ ਮਹਿਬੂਬ ਦੀ ਕਰੇ ਉਲਫਤ ਵਰਨਾ ਜੋ ਚਾਵੇਂ ਤੂੰ ਕਰ ਸਕਦਾ ਏ ਡਰ ਜਾਓ ਵੀਰੋ ਡਰ ਜਾਓ ਮਾਫੀਆਂ ਮੰਗ ਲਵੋ ਨਾ ਅੱਲਾ ਆਪਣੇ ਬੰਦਿਆਂ ਨੂੰ ਤਾਨਾ ਵੀ ਨਹੀਂ ਮਾਰਦਾ ਉਹਦੇ ਕੋਲੋਂ ਮਾਫੀਆਂ ਮੰਗਣ ਵਾਸਤੇ ਤੈਨੂੰ ਕਿਤੇ ਜਾਣ ਦੀਆਂ ਲੋੜਾਂ ਨਹੀਂ ਹੈਗੀਆਂ ਨਾ ਕਿਸੇ ਬੂਹੇ ਤੇ ਜਾਣ ਦੀਆਂ ਲੋੜਾਂ ਨਹੀਂ ਹੈਗੀਆਂ ਕਿਸੇ ਵਸੀਲੇ ਨੂੰ ਪਾਉਣ ਦੀਆਂ ਲੋੜਾਂ ਨਹੀਂ ਹੈਗੀਆਂ ਨਾ ਜੇ ਤੈਨੂੰ ਸਮਝ ਨਾ ਆਵੇ ਹਜ਼ਰਤ ਮੂਸਾ ਅਲੈਹਿ ਸਲਾਮ ਦਾ ਜ਼ਮਾਨਾ ਮੂਸਾ ਕਲੀਮੁੱਲਾ ਦਾ ਜ਼ਮਾਨਾ ਕੌਣ ਮੂਸਾ ਕੱਲਮ ਅੱਲਾ ਮੂਸਾ ਤਕਰੀਮ ਰੱਬ ਨਾਲ ਗੱਲਾਂ ਕਰਨ ਵਾਲਾ ਮੂਸਾ ਹਜ਼ਰਤ ਮੂਸਾ ਅਲੈਹਿ ਸਲਾਮ ਦਾ ਜ਼ਮਾਨ ਅੱਲਾਹੁ ਅਕਬਰ ਅੱਲਾ ਅਸਮਾਨ ਤੋਂ ਬਾਰਿਸ਼ਾਂ ਬਰਸਣੀਆਂ ਬੰਦ ਹੋ ਗਈਆਂ ਬਾਰਿਸ਼ਾਂ ਕੌਣ ਬੰਦਾ ਤੇ ਡੱਕਦਾ ਤੇ ਸਾਡੇ ਮੇਰੇ ਤਾਂ ਰੱਬ ਜਦੋਂ ਡੱਕੇ ਤੇ ਆਉਂਦੇ ਨੇ ਲਾਓ ਗਲੀਏ ਦੀਆਂ ਦੇਗਾ ਕਿਉਂ ਜੀ ਰੱਬ ਨੂੰ ਦਲੀਏ ਨਾਲ ਵਲਚਾਉਂਦੇ ਨੇ ਮਾਂ ਸੱਲਾ ਆਪ ਵੱਖਰੇ ਖਾਵਣ ਇਕੱਠੇ ਖਾਵਣ ਰੱਬ ਦੀ ਵਾਰੀ ਆਵੇ ਕਹਿੰਦੇ ਨੇ ਜੋ ਦਲੀਏ ਦੀਆਂ ਦੇਗਾ ਰੱਬ ਕਹਿੰਦਾ ਮੈਨੂੰ ਪਤਾ ਤਾਂ ਹੈਗਾ ਮੈਨੂੰ ਤੁਹਾਡੀਆਂ ਦੇਗਾਂ ਦੀ ਤਾਂ ਲੋੜ ਨਹੀਂ
ਪਰ ਤੁਹਾਡਾ ਜੋ ਹਿਸਾਬ ਕਿਤਾਬ ਹੈ ਮੈਨੂੰ ਸਾਰਾ ਪਤਾ, ਚਲੋ ਫਿਰ ਵੀ ਮੈਂ ਰਹਿਮ ਕਰਕੇ ਰਹਿਮਤ ਦੀ ਬਾਰਿਸ਼ ਨਾਦਲ ਫਰਮਾ ਦੇਣਾ। ਹੁਣ ਤਾਂ ਨਹੀਂ ਨਾ ਚਾਹੀਦੀ, ਯਾ ਲਾਈਏ ਨਾ ਭਾਵੇਂ ਤੇਰੀ ਮਿਹਰਬਾਨੀ। ਇਹਨਾਂ ਦੀਆਂ ਕਣਕਾਂ ਪੱਕੀਆਂ ਪਈਆਂ ਨੇ ਐਵੇਂ, ਅੱਜ ਤਾਂ ਖਾਸ ਕਰਕੇ ਨਾ ਭਾਵੇਂ ਨਾ ਉਸਮਾਨ ਸਾਹਿਬ ਅੱਗੇ ਕਹਿਣਾ ਸਨ, ਜਦੋਂ ਤੂੰ ਤਕਰੀਰ ਕਰਨ ਅਸਮਾਨ ਤੂੰ ਮੀਂਹ ਲੈ ਪੈਂਦਾ, ਜਦੋਂ ਅੱਜ ਤਿਕਰ ਆ ਜਲਸੇ ਦੀ ਨਾ ਪਹਿਚਾਣ ਲਈ ਨੇ ਵੀਡੀਓ ਬਣਾਈ ਹੈ। ਮੇਰਾ ਵੀਰ ਅਲਹਿਸਾਨ ਅਹਿਸਾਨ ਅਲਾਮਾ ਅਹਿਸਾਨ ਨੀ ਸ਼ਹੀਦ ਰਹਿਮਤੁੱਲਾ ਅਲੈ, ਅੱਲਾ ਮੇਰੇ ਵੀਰ ਦੀ ਉਮਰ 'ਚੋਂ ਬਰਕਤ ਫਰਮਾਏ। ਅਤੇ ਜਦੋਂ ਵੀ ਤੁਸੀਂ ਮੇਰੀ ਵੀਡੀਓ ਇਸ ਜਲਸੇ ਦੀ ਕੱਢੋਗੇ ਨਾ ਮੀਂਹ ਆ ਹੀ ਜਾਂਦਾ, ਕਿਉਂ ਜੀ ਆਉਂਦਾ ਨਾ। ਅੱਜ ਮੈਂ ਰੱਬ ਦਾ ਤਰਲਾ ਲੈ ਕੇ ਸਈਆਂ ਲਾ ਜੇ ਮੀਂਹ ਨਾ ਪਾਵੀਂ, ਅੱਜ ਨਾ ਮੀਂਹ ਪਾਵੀਂ, ਅਤੇ ਆ ਚਾਰ ਦਿਨ ਵੀ ਯਾਲਾ ਨਾ ਹੀ ਪਾਵੀਂ। ਲੋਕਾਂ ਦੀਆਂ ਕਣਕਾਂ ਪਈਆਂ ਨੇ, ਮਿਹਨਤ ਜ਼ਿਮੀਂਦਾਰਾਂ ਨੇ ਬੜੀ ਮਿਹਨਤ ਕੀਤੀ, ਯਾਲਾ ਚਾਰ ਦਿਨ ਜਦੋਂ ਵੱਡੀਆਂ ਵੱਡੀਆਂ ਜਾਣ ਉਦੋਂ ਧੱਸ ਕੇ ਮੀਂਹ ਪਾ ਦੇਵੀ, ਇਨਸ਼ਾਅੱਲਾ ਹੁਣ ਨਹੀਂ ਪੈਂਦਾ। ਕਹੋ ਇਨਸ਼ਾਅੱਲਾ, ਅੱਲਾ ਕਬੂਲ ਫਰਮਾ ਲੈ। ਹਜ਼ਰਤ ਮੂਸਾ ਅਲੈਹਿਸ ਸਲਾਮ ਦਾ ਦਮਾਨ, ਅਤੇ ਬਾਰਿਸ਼ ਬੰਦ ਹੋ ਗਈ, ਅਤੇ ਮੂਸਾ ਅਲੈਹਿਸ ਸਲਾਮ ਨੇ ਕਿਹਦੇ ਕੋਲ ਮੰਗਿਆ, ਕੋਈ ਕਹਿੰਦੇ ਕੋਲੋਂ ਕਿ ਇਹ ਆਖਿਆ ਮੈਂ ਬੜਾ ਵੱਡਾ ਨਬੀ ਹਾਂ ਮੈਂ ਮੀਂਹ ਪਾਉਣਾ, ਇਹ ਤਾਂ ਨਹੀਂ ਨਾ ਆਖਿਆ। ਸਾਡੇ ਵੇਲੇ ਕੋਈ ਬਦਲੀ ਲੋਟੇ 'ਚੋਂ ਬੰਦ ਕਰ ਰਿਹਾ, ਕੋਈ ਫਲਾਣਾ ਕਰ ਰਿਹਾ, ਕੋਈ ਫਲਾਣਾ ਕਰ ਰਿਹਾ, ਕੋਈ ਫਲਾਣਾ ਕਰਤਵ ਹਾਰ ਰਿਹਾ, ਮੈਂ ਕਰਤਵ ਵੀ ਕਹਿ ਸਕਣ, ਕਿਉਂ ਜੀ ਕੋਈ ਫਲਾਣਾ ਕਰ ਰਿਹਾ, ਕਿਸੇ ਨੇ ਫਲਾਣੇ ਵਾਲੇ ਫਲਾਣੇ ਕਰਤਵ ਦੀ ਨਿਸਬਤ ਕੀਤੀ। ਦੁਆ ਕਰੋ ਅੱਲਾ ਤੌਹੀਦ ਦੀ ਦੌਲਤ ਨਾਲ ਮਾਲਾ ਮਾਲ ਫਰਮਾ ਦੇ। ਕਮਲਿਆ ਤੌਹੀਦ ਹੀ ਅਸਲ ਬੋਲਿਆ ਬਾਜ, ਤੌਹੀਦ ਨਜਾਤ ਨਹੀਂ ਹੋਣੀ ਭਾਵੇਂ ਮਰੀਏ ਵਿੱਚ ਮਦੀਨੇ। ਦੁਆ ਕਰੋ ਅੱਲਾ ਤੌਹੀਦ ਦੀ ਦੌਲਤ ਨਾਲ ਮਾਲਾ ਮਾਲ ਫਰਮਾ ਦੇ। ਗੌਰ ਕਰਿਆ ਜੇ ਮੂਸਾ ਅਲੈਹਿਸ ਸਲਾਮ ਨੂੰ ਮੀਂਹ ਦੀਆਂ ਲੋੜਾਂ ਪੈ ਗਈਆਂ, ਮੀਂਹ ਮੰਗਣ ਵਾਸਤੇ ਬਾਹਰ ਨਿਕਲ ਗਏ, ਤਰਲਾ ਲਈਏ ਰੱਬ ਦਾ, ਰੱਬ ਦੇ ਸਾਹਮਣੇ ਜਾਈਏ, ਤੇ ਰੱਬ ਦੇ ਸਾਹਮਣੇ ਚਲੇ ਗਏ, ਬਾਰੀ ਤਾਰਾ ਨੂੰ ਆਖਣ ਲੱਗੇ, ਅੱਲਾ ਸੋਹਣਿਆ ਤੇਰੇ ਨਬੀ ਨੂੰ ਮੀਂਹ ਦੀਆਂ ਲੋੜਾਂ ਨੇ, ਰਹਿਮਤ ਦੀਆਂ ਬਾਰਿਸ਼ਾਂ ਪਾ ਦੇ। ਤੇ ਰਹਿਮਾਨ ਆਖਣ ਲੱਗਾ, ਓਏ ਖੁੜੀਆਂ ਦੇ ਵਾਸੀਓ, ਇਰਦਾ ਗਿਰਦ ਤੋਂ ਆਉਣ ਵਾਲੇ ਹੋ, ਧਿਆਨ ਨਾਲ ਗੱਲਾਂ ਸੁਣਦੇ ਜਾਓ। ਰੱਬ ਆਖਣ ਲੱਗਾ, ਐ ਮੇਰੇ ਨਬੀ ਮੂਸਾ, ਆ ਜਿਹੜੇ ਬੰਦੇ ਲੈ ਕੇ ਆਇਆ ਬੈਠਾ, ਆ ਜਿਹੜੇ ਬੰਦੇ ਤੇਰੇ ਮਗਰ ਆਏ ਬੈਠੇ ਨੇ, ਆ ਤੇਰੇ ਨਾਲ ਦੁਆਵਾਂ ਮੰਗਣ ਲਈ ਆਏ ਬੈਠੇ ਨੇ, ਐ ਮੇਰੇ ਨਬੀ ਮੂਸਾ, ਇਹਨਾਂ 'ਚੋਂ ਇੱਕ ਬੰਦਾ ਜਿਹਨੂੰ 40 ਸਾਲ ਹੋ ਗਏ ਨੇ ਗੁਨਾਹ ਕਰਦਿਆਂ ਕਰਦਿਆਂ, 40 ਵਰੇ ਹੋ ਗਏ ਨੇ ਸਾਡੀਆਂ ਬਗਾਵਤਾਂ ਕਰਦਿਆਂ ਕਰਦਿਆਂ। ਅੱਲਾਹੁ ਅਕਬਰ ਅੱਲਾ, ਐ ਮੇਰੇ ਨਬੀ ਮੂਸਾ, ਅਗਰ ਤੂੰ ਚਾਹਨਾ ਮੀਂਹ ਪੈ ਜਾਏ, ਇਹਨੂੰ ਕਹਿ ਉੱਠ ਕੇ ਚਲਾ ਜਾ। ਹਜ਼ਰਤ ਮੂਸਾ ਅਲੈਹਿਸ ਸਲਾਮ ਖੜ੍ਹੇ ਹੋ ਗਏ, ਬੜੀ ਜਲਾਲੀ ਤਬੀਅਤ ਦੇ ਆਦਮੀ ਮੂਸਾ ਪੈਗੰਬਰ ਖੜ੍ਹੇ ਹੋ ਗਏ, ਬੜੇ ਰੋਬ ਦੇ ਨਾਲ ਖੜ੍ਹੇ ਹੋ ਗਏ, ਕਹਿਣ ਲੱਗੇ ਤੁਹਾਡੇ ਵਿੱਚੋਂ ਕੋਈ ਇਹੋ ਜਿਹੇ ਨੇ ਜਿਨ੍ਹਾਂ ਨੂੰ 40 40 ਸਾਲ ਹੋ ਗਏ ਨੇ ਅੱਲਾਹ ਪਾਕ ਦੀਆਂ ਬਗਾਵਤਾਂ ਕਰਦਿਆਂ ਕਰਦਿਆਂ, ਇੱਕ ਬੰਦਾ ਇਹੋ ਜਿਹਾ ਬੈਠਾ ਜਿਹਨੂੰ 40 ਵਰੇ ਹੋ ਗਏ ਨੇ ਗੁਨਾਹ ਕਰਦਿਆਂ ਕਰਦਿਆਂ। ਅੱਲਾਹ ਪਾਕ ਫਰਮਾਉਂਦੇ ਨੇ, ਜਦ ਤੱਕ ਉੱਠ ਕੇ ਨਹੀਂ ਜਾਏਗਾ ਮੈਂ ਬਾਰਿਸ਼ਾਂ ਪਾਉਣੀਆਂ ਕੋਈ ਨਹੀਂ। ਅੱਲਾਹੁ ਅਕਬਰ ਅੱਲਾ, ਤੇ ਕਾਣੇ ਨੂੰ ਤਾਂ ਕਾਣ ਖੁੜਕ ਜਾਂਦੀ ਏ, ਕਾਣੇ ਨੂੰ ਕਾਣ। ਹਜ਼ਰਤ ਇਮਾਮ ਸ਼ਾਹ ਸ਼ੇਖੂਪੁਰੀ ਰਹਿਮਤੁੱਲਾ ਅਲੈ, ਅੱਲਾਹ ਉਹਨਾਂ ਦੀ ਕਬਰ ਮੁਨੱਵਰ ਫਰਮਾ ਦੇ। ਕਿਉਂ ਜੀ ਇੱਕ ਦਿਨ ਐਨ ਕਰਕੇ ਤਕਰੀਰ ਕਰ ਰਹੇ ਸਨ, ਕਹਿੰਦੇ ਜਿਹੜਾ ਬੁੱਢਾ ਹੋ ਕੇ ਵੀ ਬੁਰਾਈ ਨੂੰ ਨਹੀਂ ਛੱਡਦਾ, ਅੱਲਾਹ ਨੇ ਉਹਦੇ ਵੇਲੇ ਰਹਿਮਤ ਦੀ ਨਜ਼ਰ ਨਾਲ ਵੇਖਣਾ ਨਹੀਂ। ਤੇ ਬਾਹਰ ਨਿਕਲੇ ਨਾ, ਇੱਕ ਬਾਬਾ ਡਾਂਗ ਚੁੱਕੀ ਫਿਰੇ, ਕਹਿੰਦਾ ਮੌਲੀ ਇਮਾਮ ਸ਼ਾਹ ਇੰਨੇ ਮਜਮੇ 'ਚ ਤੈਨੂੰ ਮੈਂ ਹੀ ਨਜ਼ਰ ਆ ਰਿਹਾ ਸੀ, ਸਾਡਾ ਤਾਂ ਆਲਾ ਹੈ ਨਾ।
ਦੁਆ ਕਰੋ ਅੱਲਾ ਸਾਨੂੰ ਤੌਬਾ ਤੈਬਾ ਦੀ ਤੌਫੀਕ ਅਤਾ ਫਰਮਾਏ। ਕਾਣੇ ਨੂੰ ਕਾਣ ਖੁੜਕ ਜਾਂਦੀ ਏ, ਇਧਰ ਮੇਰੇ ਵਲੇ ਵੇਖੋ, ਅੱਲਾਹ ਕੋ ਅਕਬਰ ਅੱਲਾਹ ਐਨ ਕਰਕੇ ਮੂਸਾ ਪੈਗੰਬਰ ਨੇ ਐਲਾਨ ਕਰ ਦਿੱਤਾ, ਤੁਹਾਡੇ ਵਿੱਚੋਂ ਇੱਕ ਪਾਪੀ ਬੈਠਾ ਏ, ਤੁਹਾਡੇ ਵਿੱਚੋਂ ਇੱਕ ਗੰਦਾ ਬੈਠਾ ਹੋਇਆ, ਜਦ ਤੱਕ ਉੱਠ ਕੇ ਨਹੀਂ ਜਾਏਗਾ ਮੀ ਕੋਈ ਨਹੀਂ ਆਏਗਾ। ਤੇ ਜਿਹੜਾ ਬੰਦਾ ਪਾਪੀ ਸੀ, ਜਿਹੜਾ ਬੰਦਾ ਅੱਲਾਹ ਦਾ ਨਾਮ ਫਰਮਾਨ ਸੀ, ਜਿਹੜਾ ਬੰਦਾ ਰੱਬ ਦਾ ਬਾਗੀ ਸੀ, ਵਿੱਚੇ ਵਿੱਚੇ ਆਖਣ ਲੱਗਾ ਅੱਲਾਹ ਸੋਹਣਿਓ ਤਾਂ ਮੈਂ ਹੀ ਆਂ, ਯਾ ਅੱਲਾਹ ਉਹ ਤਾਂ ਮੈਂ ਹੀ ਆਂ, ਅੱਲਾਹ ਸੋਹਣਿਓ ਅੱਜ ਮੈਂ ਉੱਠ ਕੇ ਜਾਣਾ ਵਾ, ਯਾ ਅੱਲਾਹ ਰਾਜ਼ ਖੁੱਲ ਜਾਣਗੇ, ਯਾ ਅੱਲਾਹ ਉੱਠ ਕੇ ਜਾਣਾ ਵਾ, ਯਾ ਅੱਲਾਹ ਮੈਂ ਮਰਨਾ ਵਾ, ਯਾ ਅੱਲਾਹ ਜੇ ਇੱਥੇ ਬੈਠਾ ਰਹਿਣਾ ਵਾ ਇਹ ਮਰਦੇ ਨੇ, ਅੱਲਾਹ ਸੋਹਣਿਆ ਨਾ ਮੈਂ ਜਾ ਸਕਣਾ ਵਾ, ਅੱਲਾਹ ਸੋਹਣਿਆ ਜਾਵਾਂਗਾ ਤੇ ਬੋਲੀਆਂ ਵੱਜਣਗੀਆਂ, ਜਾਵਾਂਗਾ ਤੇ ਤਾਨੇ ਵੱਜਣਗੇ, ਜਾਵਾਂਗਾ ਯਾ ਅੱਲਾਹ ਲੋਕੀ ਗੱਲਾਂ ਕਰਨਗੇ। ਅੱਲਾਹ ਕੋ ਅਕਬਰ ਅੱਲਾਹ ਕਹਿੰਦਾ ਅੱਲਾਹ ਸੋਹਣਿਆ ਜੋ ਕਰ ਬੈਠਾ ਸੋ ਕਰ ਬੈਠਾ, ਅੱਲਾਹ ਮੈਨੂੰ ਮਾਫ਼ ਕਰ ਦੇਣਾ, ਅੱਲਾਹ ਮੈਨੂੰ ਮਾਫ਼ ਕਰ ਦੇਣਾ। ਓਏ ਵੀਰਾ ਅੱਲਾਹ ਨੂੰ ਆਪਣੇ ਬੰਦੇ ਨਾਲ ਬੜਾ ਪਿਆਰ, ਉਹਨਾਂ ਤੇਰੀ ਮਾਂ ਨੂੰ ਤੇਰੇ ਨਾਲ ਪਿਆਰ ਨਹੀਂ, ਉਹਨਾਂ ਤੇਰੇ ਬਾਪ ਨੂੰ ਤੇਰੇ ਨਾਲ ਪਿਆਰ ਨਹੀਂ ਜਿੰਨਾ ਅੱਲਾਹ ਨੂੰ ਤੇਰੇ ਨਾਲ ਪਿਆਰ, ਉਹਨਾਂ ਤੇਰੇ ਆਮਦਾਨ ਤੋਂ ਕਿਸੇ ਨੂੰ ਤੇਰੇ ਨਾਲ ਪਿਆਰ ਨਹੀਂ ਹੈਗਾ ਨਾ ਜਿੰਨਾ ਅੱਲਾਹ ਨੂੰ ਤੇਰੇ ਨਾਲ ਪਿਆਰ। ਜੇ ਤੈਨੂੰ ਸਮਝ ਨਹੀਂ ਨਾ ਆ ਬੁਖਾਰੀ ਪੜ੍ਹ ਕੇ ਵੇਖ ਲੈ, ਅੱਲਾਹ ਦੇ ਪਾਕ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਔਰ ਸਾਰੇ ਪੜੋ ਦਰੂਦ ਰਸੂਲ ਉੱਤੇ, ਔਰ ਸਾਰੇ ਪੜੋ ਦਰੂਦ ਰਸੂਲ ਉੱਤੇ। ਰੱਬ ਪੜਨ ਦਾ ਹੁਕਮ ਸੁਣਾ ਦਿੱਤਾ, ਉਹਨੂੰ ਪਤਾ ਸੀ ਕਈਆਂ ਨੇ ਨਹੀਂ ਪੜਨਾ, ਔਰ ਤਾਈਓ ਵਿੱਚ ਨਮਾਜ਼ ਦੇ ਪਾ ਦਿੱਤਾ, ਆਪ ਪੜੇ ਮੁਲਾਕਾ ਵੀ ਪੜਨ ਸਾਰੇ, ਸਾਨੂੰ ਪੜਨ ਦਾ ਹੁਕਮ ਸੁਣਾ ਦਿੱਤਾ। ਓਏ ਗ੍ਰਿਡ ਵਾਲਿਓ ਸਾਰੇ ਖੁਸ਼ ਹੋ ਜਾਓ, ਸਾਨੂੰ ਮੁਹੰਮਦ ਦਾ ਨੌਕਰ ਬਣਾ ਦਿੱਤਾ ਸੱਲੱਲਾਹੁ ਅਲੈਹਿ ਵਸੱਲਮ। ਓਏ ਧਿਆਨ ਕਰਿਆ ਜੇ ਮੇਰੇ ਵੀਰੋ, ਆਦਰ ਤਵੱਜੋ ਮੇਰੇ ਵੱਲੇ ਕਰਿਆ ਜੇ, ਅੱਲਾਹ ਦੇ ਪਾਕ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੇਰੇ ਨਬੀ ਕੋਲ ਕੈਦੀ ਆ ਗਏ ਨਾ, ਮੇਰੇ ਪੈਗੰਬਰ ਕੋਲੋਂ ਕੈਦੀ ਆ ਗਏ ਨਾ ਮਦੀਨੇ ਦੇ ਅੰਦਰ। ਅੱਲਾਹ ਸਾਨੂੰ ਮਦੀਨਾ ਵਿਖਾ ਦੇ, ਅੱਲਾਹ ਸਾਨੂੰ ਮੱਕਾ ਵਿਖਾ ਦੇ, ਪਤਾ ਹੀ ਕਿਹੜਾ ਮਦੀਨਾ। ਓਏ ਕੀ ਮੈਂ ਦੱਸਾਂ ਮਦੀਨੇ ਦਾ ਕੀ ਸੋਹਣਾ, ਓਏ ਕੀ ਮੈਂ ਦੱਸਾਂ ਮਦੀਨੇ ਦਾ ਕੀ ਸੋਹਣਾ, ਓਏ ਕਰ ਕਰ ਸੋਹਣਾ ਜੀ ਜੀ ਸੋਹਣਾ, ਓਏ ਦਿਲ ਖਿੱਚਦੀਆਂ ਵਾਂਗ ਮਹਿਬੂਬਾਂ ਦੇ, ਓਏ ਪੇਡਾਂ ਬੱਕਰੀਆਂ ਗਾਵਾਂ ਮਦੀਨੇ ਦੀਆਂ, ਅੱਲਾਹ ਮੰਨਣ ਨੂੰ ਹੁਣ ਜੀ ਕਰਦਾ, ਔਰ ਠੰਡੀਆਂ ਠੰਡੀਆਂ ਚਾਵਾਂ ਮਦੀਨੇ ਦੀਆਂ, ਔਰ ਦਿਲ ਲੱਗਦਾ ਨਹੀਂ ਪਾਕਿਸਤਾਨ ਅੰਦਰ, ਮੇਰੀ ਜਾਨ ਮਦੀਨੇ ਦੀ ਜਾਨ ਅੰਦਰ, ਔਰ ਵਾਦਾ ਹੋ ਜਾਏ ਮੇਰੇ ਈਮਾਨ ਅੰਦਰ ਜਦ ਜ਼ਿਆਰਤਾਂ ਪਾਵਾਂ ਮਦੀਨੇ ਦੀਆਂ। ਉਸ ਮਦੀਨੇ ਦੀ ਗੱਲ ਹੋ ਰਹੀ ਹੈ, ਅਦਰ ਮੇਰੇ ਵੱਲੇ ਵੀਰੇ ਵੇਖੋ ਨਾ, ਅੱਲਾਹ ਅਕਬਰ ਅੱਲਾਹ ਕੈਦੀ ਆ ਗਏ ਨਾ
ਮੇਰੇ ਨਬੀ ਕਹਿਣਾ ਸਹਾਬਾ ਮੇਰੇ ਨਬੀ ਦੇ ਨਾਲ ਨੇ ਅੱਲਾ ਦੇ ਪਾਕ ਪੈਗੰਬਰ ਇੰਜ ਕਰਕੇ ਵੇਖਦੇ ਪੈਣੇ ਇੱਕ ਔਰਤ ਦਾ ਬੱਚਾ ਗੁੰਮ ਹੋ ਗਿਆ ਨਾ ਓਏ ਮਾਵਾਂ ਤਾਂ ਮਾਵਾਂ ਹੋਇਆ ਕਰਦੀਆਂ ਨੇ ਮਾਵਾਂ ਵਰਗਾ ਪਿਆਰ ਕੌਣ ਕਰ ਸਕਦਾ ਮਾਂ ਵਰਗੀ ਮੁਹੱਬਤ ਕੌਣ ਕਰ ਸਕਦਾ ਮੈਨੂੰ ਤਾਂ ਇੰਜ ਲੱਗਦਾ ਅੱਲਾ ਪਾਕ ਨੇ ਸਾਰੇ ਜਹਾਨ ਦੀਆਂ ਮੁਹੱਬਤਾਂ ਮਾਂ ਦੇ ਅੰਦਰ ਇਕੱਠੀਆਂ ਕਰ ਦਿੱਤੀਆਂ ਨੇ ਬਾਪ ਦੇ ਅੰਦਰ ਇਕੱਠੀਆਂ ਕਰ ਦਿੱਤੀਆਂ ਨੇ ਆਪਣੇ ਬੁੱਢੇ ਮਾਪਿਆਂ ਨਾਲ ਪਿਆਰ ਕਰਿਆ ਕਰ ਆਪਣੀ ਬੁੱਢੀ ਮਾਂ ਨਾਲ ਪਿਆਰ ਕਰਿਆ ਕਰ ਆਪਣੇ ਬੁੱਢੇ ਬਾਪ ਨਾਲ ਪਿਆਰ ਕਰਿਆ ਕਰ ਇਹ ਨਿਮਤਾਂ ਬਾਰ ਬਾਰ ਨਹੀਂ ਉਹ ਲੱਭਿਆ ਕਰਦੀਆਂ ਔਰ ਦੁਨੀਆਂ ਉੱਤੇ ਮਾਂ ਪਿਓ ਵਰਗੀ ਔਰ ਦੁਨੀਆਂ ਉੱਤੇ ਮਾਂ ਪਿਓ ਵਰਗੀ ਹੋਰ ਨਿਮਤ ਕੋਈ ਔਰ ਜੇ ਤੁਰ ਗਏ ਤੇ ਫਿਰ ਪਛਤਾਈ ਪਰ ਵੇਲਾ ਲੰਘ ਗਿਓਈ ਓਏ ਮੇਰੇ ਬਾਈ ਆਪਣੀ ਬੁੱਢੀ ਮਾਂ ਨੂੰ ਨਾਰਾਜ਼ ਨਾ ਕਰੀ ਨਹੀਂ ਤਾਂ ਅਸਮਾਨ ਦਾ ਰੱਬ ਨਾਰਾਜ਼ ਹੋ ਜਾਏਗਾ ਆਪਣੇ ਬੁੱਢੇ ਬਾਪ ਨੂੰ ਨਾਰਾਜ਼ ਨਾ ਕਰੀ ਨਹੀਂ ਤਾਂ ਅਸਮਾਨ ਦਾ ਰੱਬ ਨਾਰਾਜ਼ ਹੋ ਜਾਏਗਾ ਜੇ ਮਾਪਿਆਂ ਮੂੰਹ ਮੋੜ ਲਿੱਤਾ ਰੱਬ ਮੂੰਹ ਮੋੜ ਲਵੇਗਾ ਜੇ ਰੱਬ ਨੇ ਮੂੰਹ ਮੋੜ ਲਿੱਤਾ ਨਾ ਜੱਗ ਮੂੰਹ ਮੋੜ ਲਵੇਗਾ ਅੱਲਾਹੁ ਅਕਬਰ ਅੱਲਾ ਇੱਧਰ ਮੇਰੇ ਮਨੇ ਧਿਆਨ ਕਰਿਆ ਜੇ ਆ ਵੀਰਾ ਗੌਰ ਕਰਿਆ ਜੇ ਆ ਵੇਖਦੇ ਪੈਣੇ ਇਹ ਔਰਤ ਇਹਦਾ ਬੱਚਾ ਗੁੰਮ ਹੋ ਗਿਆ ਏ ਇਹ ਬਾਵੜੀ ਹੋ ਗਈ ਏ ਕਮਲੀ ਹੋ ਗਈ ਏ ਆਪਣੇ ਬੱਚੇ ਨੂੰ ਲੱਭਦੀ ਫਿਰਦੀ ਏ ਯਾ ਅੱਲਾ ਮੇਰਾ ਬੱਚਾ ਲੱਭ ਜਾਏ ਨਾ ਯਾ ਅੱਲਾ ਮੇਰਾ ਪੁੱਤਰ ਲੱਭ ਜਾਏ ਨਾ ਓਏ ਦੁਆ ਕਰੂੰ ਜਿਨ੍ਹਾਂ ਦੇ ਪੁੱਤਰ ਖੜੀਜ ਗਏ ਨੇ ਅੱਲਾ ਪੁੱਤਰ ਮਿਲਾ ਦੇ ਆਂਦੇ ਨੇ ਮੋਇਆ ਬੰਦਾ ਜਰ ਲੈਂਦਾ ਗੁੰਮ ਹੋਇਆ ਜਰ ਸਕਦਾ ਤਾਂ ਕੀ ਰਹਿੰਦੀ ਕਦੀ ਤਾਂ ਮੁੜ ਕੇ ਆਵੇਗਾ ਨਾ ਦੁਆ ਕਰੋ ਜਿਨ੍ਹਾਂ ਦੇ ਖੜੀਜ ਗਏ ਨੇ ਅੱਲਾ ਵਾਪਸ ਮਿਲਾ ਦੇ ਅੱਲਾ ਪਾਕ ਜਿਹਨੇ ਵੀ ਪਰੇਸ਼ਾਨ ਨੇ ਔਲਾਦ ਦੇ ਹੱਥੋਂ ਪਰੇਸ਼ਾਨੀਆਂ ਦੂਰ ਫਰਮਾ ਦੇ ਆ ਗੌਰ ਕਰਿਆ ਜੀ ਸਰਕਾਰ ਵੀ ਵੇਂਦੇ ਪੈਣੇ ਸਿਆਬਾ ਵੀ ਵੇਂਦੇ ਪੈਣੇ ਮੇਰੇ ਨਬੀ ਆਪਣੇ ਯਾਰਾਂ ਵੱਲੇ ਵੇਂਦੇ ਨੇ ਕਹਿੰਦੇ ਨੇ ਤੁਹਾਨੂੰ ਤਾਜ ਬਾਰ ਆਏ ਇਸ ਔਰਤ ਦੀ ਆਪਣੇ ਬੱਚੇ ਦੇ ਨਾਲ ਮੁਹੱਬਤ ਵਾਸਤੇ ਜਿਹੜੀ ਕਦੀ ਇੱਧਰ ਨੂੰ ਜਾ ਰਹੀ ਏ ਕਦੀ ਇੱਧਰ ਨੂੰ ਜਾ ਰਹੀ ਏ ਕਦੀ ਕਿਹੜਾ ਬੱਚਾ ਲੱਭਦਾ ਉਹਨੂੰ ਆਪਣੇ ਸੀਨੇ ਨਾਲ ਲਾ ਲੈਂਦੀ ਏ ਤੁਹਾਨੂੰ ਤਾਜ ਬਣਦਾ ਪਿਆ ਇਹ ਕਹਿੰਦੇ ਨੇ ਆਹਾ ਮਹਿਬੂਬਾ ਤਾਜਬ ਤਾਂ ਹੋ ਰਿਹਾ ਆਪ ਫਰਮਾਉਂਦੇ ਨੇ ਮੈਨੂੰ ਦੱਸੋ ਇਹ ਔਰਤ ਆਪਣੇ ਬੱਚੇ ਨੂੰ ਅੱਗ ਦੇ ਅੰਦਰ ਸੱਟ ਸਕਦੀ ਏ ਸਿਆਬਾ ਕਹਿੰਦੇ ਨੇ ਸੋਹਣਿਆ ਹਰਗਿਜ਼ ਨਹੀਂ ਹਰਗਿਜ਼ ਨਹੀਂ ਇਹ ਆਪ ਛਾਲ ਮਾਰ ਸਕਦੀ ਏ ਆਪਣੇ ਬੱਚੇ ਨੂੰ ਨਹੀਂ ਸੱਟ ਸਕਦੀ ਆਪ ਫਰਮਾਉਂਦੇ ਨੇ ਮੇਰੇ ਸਿਆਬਾ ਸੁਣ ਲਓ ਓਨਾ ਪਿਆਰ ਇਸ ਔਰਤ ਨੂੰ ਆਪਣੇ ਬੱਚੇ ਦੇ ਨਾਲ ਨਹੀਂ ਜਿੰਨਾ ਅੱਲਾ ਨੂੰ ਆਪਣੇ ਬੰਦੇ ਦੇ ਨਾਲ ਪਿਆਰ ਏ ਜਿੰਨਾ ਰੱਬ ਨੂੰ ਤੇਰੇ ਨਾਲ ਪਿਆਰ ਏ ਜਿੰਨੀ ਰੱਬ ਨੂੰ ਤੇਰੇ ਨਾਲ ਮੁਹੱਬਤ ਏ ਜਿੰਨਾ ਰੱਬ ਨੂੰ ਤੇਰੇ ਨਾਲ ਉਲਫਤ ਏ ਇੰਤਜ਼ਾਰ ਕਰਦਾ ਹਰ ਵੇਲੇ ਤੈਨੂੰ ਉਡੀਕਦਾ ਹੀ ਰਹਿੰਦਾ ਏ ਰਾਤ ਹੋਵੇ ਤੇ ਤਾਂ ਵੀ ਆਵਾਜ਼ਾਂ ਦਿਨ ਹੋਵੇ ਤੇ ਤਾਂ ਵੀ ਆਵਾਜ਼ਾਂ ਕਹਿੰਦਾ ਕੀ ਏ ਓਏ ਆ ਜਾ ਮੰਗ ਲੈ ਜੋ ਕੁਝ ਚਾਹਨਾ ਏ ਓਏ ਆ ਜਾ ਮੰਗ ਲੈ ਜੋ ਕੁਝ ਚਾਹਨਾ ਏ ਓਏ ਤੇਰਾ ਰੱਬ ਗਾ ਕਿਉਂ ਸ਼ਰਮਾ
ਜਨਾਇਮ ਅਚੋਂ ਗੈਰਾਂ ਦੇ ਦਰ ਜਨਾਇਮ ਪੜ ਲਾ ਇਲਾਹਾ ਇਲਲਾਮ ਓਏ ਮਾਰਾਂ ਸਦਮ ਆਪ ਸਵਾਲੀ ਨੂੰ ਓਏ ਦੇਵਾਂ ਦਾਨ ਨਾਮ ਮੋੜਾਂ ਖਾਲੀ ਨੂੰ ਓਏ ਕਿਉਂ ਛੱਡ ਆਈ ਮੇਰੇ ਦਰਿਆਲੀ ਨੂੰ ਪੜ ਲਾ ਇਲਾਹਾ ਇਲਲਾਮ ਓਏ ਮੈਨੂੰ ਮਿਲਣ ਦਾ ਲਗਦਮ ਕਰਾਇਆ ਨਹੀਂ ਮੈਂ ਕੋਈ ਦੂਰ ਮਹੱਲ ਬਣਾਇਆ ਨਹੀਂ ਓਏ ਕੋਈ ਚੌਕੀਦਾਰ ਬਿਠਾਇਆ ਨਹੀਂ ਓਏ ਤੂੰ ਤਾਂ ਫਿਰ ਵੀ ਮੇਰੇ ਬੂਏ ਆਇਆ ਨਹੀਂ ਪੜ ਲਾ ਇਲਾਹਾ ਇਲਲਾਮ ਅੱਲਾ ਸੋਹਣਿਆ ਅਗਰਿਡ ਵਾਲੇ ਪੁੱਛਦੇ ਨੇ ਕੁੜੀਆਂ ਵਾਲੇ ਪੁੱਛਦੇ ਨੇ ਯਾ ਅੱਲਾ ਤੈਨੂੰ ਲੱਭਣਾ ਹੋਵੇ ਤੇ ਕਿਤੇ ਲੱਭੇਗਾ ਅੱਲਾ ਫਰਮਾਉਂਦੇ ਨੇ ਐ ਮੇਰੇ ਬੰਦਿਓ ਓਏ ਐਵੇਂ ਲੱਭਣ ਮੈਨੂੰ ਪੀਆ ਬਾਨ ਅੰਦਰ ਕੋਈ ਚਿੱਲਾ ਕਰਨ ਦੀ ਲੋੜ ਕੋਈ ਪੁੱਠਾ ਲਟਕਣ ਦੀ ਲੋੜ ਕੋਈ ਪੁੱਠਾ ਸਿੱਧਾ ਹੋਣ ਦੀ ਲੋੜ ਨਹੀਂ ਹੈਗੀ ਨਾ ਓਏ ਐਵੇਂ ਲੱਭਣ ਮੈਨੂੰ ਪੀਆ ਬਾਨ ਅੰਦਰ ਮੈਂ ਤਾਂ ਵਸਣ ਗਮ ਤੇਰੀ ਜਾਨ ਅੰਦਰ ਓ ਜ਼ਰਾ ਵੇਗਤੇ ਮਾਰ ਧਿਆਨ ਅੰਦਰ ਪੜ ਲਾ ਇਲਾਹਾ ਇਲਲਾ ਹਰ ਵੇਲੇ ਇੰਤਜ਼ਾਰ ਸੁਬਹੋ ਇੰਤਜ਼ਾਰ ਸ਼ਾਮਾਂ ਨੂੰ ਇੰਤਜ਼ਾਰ ਇੱਧਰ ਬੈਠਾ ਕਹਿੰਦਾ ਲਾ ਸੋਹਣਿਆ ਉੱਠ ਕੇ ਜਾਣ ਤੇ ਮੈਂ ਮਰਨਾ ਵਾ ਬੈਠਾ ਰਹਿਣਾ ਵਾ ਇਹ ਮਰਦੇ ਨੇ ਕਹਿੰਦਾ ਅੱਲਾ ਸੋਹਣਿਆ ਮੈਨੂੰ ਮਾਫੀ ਚਾ ਕਰਨਾ ਯਾ ਅੱਲਾ ਮੈਨੂੰ ਮਾਫੀ ਚਾ ਕਰਨਾ ਮਾਫੀਆਂ ਮੰਗਣ ਲੱਗ ਪਿਆ ਨਾ ਅੱਲਾਹੁ ਅਕਬਰ ਅੱਲਾ ਕਹਿੰਦਾ ਹੋਏਗਾ ਓਏ ਤੇਰੇ ਬੂਏ ਸੁਣਦੇ ਕਾਬੇ ਦੀ ਦਲੀਜ ਚੁਮਲਾਮ ਅਜਰ ਅਸਵਦ ਸਣੇ ਇੱਕ ਚੀਜ਼ ਚੁਮਲਾਮ ਓਏ ਰੱਤੀ ਨਾ ਤਰਕਾਰੀ ਲਾਗੇ ਹੋ ਲੈਣ ਦੇ ਆਪਣੇ ਬੂਹੇ ਵਿੱਚ ਬਹਿ ਕੇ ਅੱਲਾ ਰੋ ਲੈਣ ਦੇ ਓਏ ਠੀਕ ਗਏ ਮੈਂ ਤੇਰੇ ਬੂਹੇ ਵਿੱਚ ਪੱਬਦਾ ਨਹੀਂ ਜੋ ਸਜਦਾ ਤੈਨੂੰ ਲੈ ਕੇ ਮੇਰਾ ਸਜਦਾ ਨਹੀਂ ਪਰ ਫਿਰ ਵੀ ਆਪਣੇ ਬੂਹੇ ਵਿੱਚ ਰੋ ਲੈਣ ਦੇ ਕਾਲਾਮ ਨਾਮਾ ਇੰਜੂਆਂ ਤੀ ਪੜੋ ਲੈਣ ਦੇ ਮਾਫੀ ਮੰਗਦਾ ਪਿਆ ਤੇ ਉੱਚੀ ਬੋਲਿਆ ਉੱਚੀ ਬੋਲਦਾ ਤੇ ਨਾਲ ਵਾਲੇ ਨੂੰ ਪਤਾ ਲੱਗ ਜਾਏ ਕਹਿੰਦੇ ਆਈ ਹੋਈ ਜੀ ਇਹਨੂੰ ਕੱਢੋ ਬਾਹਰ ਉੱਚੀ ਬੋਲਦਾ ਤੇ ਨਾਲ ਵਾਲੇ ਨੂੰ ਪਤਾ ਲੱਗ ਜਾਂਦਾ ਸੂ ਕੱਢਦਾ ਤੇ ਨਾਲ ਵਾਲੇ ਨੂੰ ਪਤਾ ਲੱਗ ਜਾਂਦਾ ਅੱਖਾਂ ਚੋਂ ਅੱਥਰੂ ਆਉਂਦੇ ਤੇ ਨਾਲ ਵਾਲਾ ਮਾਲੂਮ ਕਰ ਜਾਂਦਾ ਹੌਲੀ ਹੌਲੀ ਵੀ ਬੋਲਦਾ ਤੇ ਨਾਲ ਵਾਲਿਆਂ ਨੂੰ ਪਤਾ ਲੱਗ ਜਾਂਦਾ ਅੰਦਰੇ ਅੰਦਰ ਅੰਦਰੇ ਅੰਦਰ ਆਪਣੇ ਰੱਬ ਨਾਲ ਗੱਲਾਂ ਕੀਤੀ ਜਾਂਦਾ ਤੇ ਰੱਬ ਨੂੰ ਤਾਂ ਇਹੋ ਜਿਹਾ ਬੰਦੇ ਹੀ ਬੜੇ ਪਸੰਦ ਨੇ ਅੱਲਾ ਕੋਲੋਂ ਮੁਆਫੀਆਂ ਮੰਗਣ ਵਾਲੇ ਅੱਲਾ ਕੋਲੋਂ ਤੌਬਾ ਕਰਨ ਵਾਲੇ ਅੱਲਾ ਕੋ ਅਕਬਰ ਅੱਲਾ ਕਈ ਮੁਆਫੀ ਮੰਗ ਕੇ ਕਾਮਯਾਬ ਹੋ ਗਏ ਕਈਆਂ ਤੌਬਾ ਕੀਤੀ ਅੱਲਾ ਪਾਕ ਨੇ ਕਾਮਯਾਬੀਆਂ ਨਾਲ ਸੁਣਦੇ ਜਾਓ ਰਮਦਾਨ ਕਰਕੇ ਜਾ ਰਿਹਾ ਏ ਪਤਾ ਨੀ ਮੌਕੇ ਬਣਨੇ ਨੇ ਕਿ ਨਹੀਂ ਬਣਨੇ ਓਏ ਮਾਏ ਰਮਦਾਨ ਤੇਰੀ ਸਾਡੀ ਤੇ ਲੱਗੀ ਗੋਨ ਜੁਦਾਈ
ਓਏ ਨਾਲ ਨਸੀਬਾਂ ਫੇਰ ਮਿਲਾਂਗੇ ਜੇ ਜ਼ਿੰਦਗੀ ਰੱਬ ਵਧਾਈ ਐਦਰਾ ਜਾਣਾ ਵੀਰਾ ਅੱਜ ਗੱਲਾਂ ਗੁਣਗਾਰਦੀਆਂ ਸੁਣਦਾ ਜਾਣਾ ਓ ਇਸ ਜੋਗੀ ਨੇ ਨਿਤ ਨਿਤ ਆਉਣਾ ਨਹੀਂ ਤੇਰੀ ਗਲੀ ਵਿੱਚ ਨਾਦ ਵਜਾਉਣਾ ਨਹੀਂ ਓ ਤੁਧ ਸੁਣਨਾ ਨਹੀਂ ਅਸਾਂ ਸੁਣਾਉਣਾ ਨਹੀਂ ਅੱਜ ਸੁਣਦਾ ਜਾਈ ਗਿਦਾ ਦੇ ਤੂੰ ਓ ਸਾਈ ਵਕਤ ਨਾਦ ਵਜਾ ਦੇ ਤੂੰ ਦਿਲ ਕੁਦਸੀਆਂ ਦੇ ਤੜਪਾ ਦੇ ਤੂੰ ਐਦਰਾ ਵੀਰਾ ਅੱਲਾਹ ਦੇ ਬਾਗ ਪੈਗੰਬਰ ਤਸ਼ਰੀਫ ਫਰਮਾਨੇ ਸਿਆਬਾ ਵੀ ਬੈਠੇ ਹੋਏ ਨੇ ਮੇਰਾ ਨਬੀ ਇੰਜ ਫੱਬਦਾ ਪਿਆ ਜਿਵੇਂ ਚੰਨ ਤਾਰਿਆਂ ਚੋਂ ਫੱਬਦਾ ਏ ਸੋਹਣੇ ਸਨ ਕੁੜੀਆਂ ਵਾਲੇ ਬੋਲਦੇ ਨਹੀਂ ਜੇ ਕਿ ਥੱਕ ਗਏ ਜੇ ਕਿ ਅੱਕ ਗਏ ਜੇ ਜਾਗਦੇ ਹੁਣ ਅੱਲਾਹ ਦੀ ਰਾਤ ਕਬੂਲ ਫਰਮਾ ਲੈ ਰਾਤ ਤਾਂ ਜੂਏ ਤੇ ਵੀ ਲੰਘ ਜਾਂਦੀ ਰਾਤ ਤਾਂ ਜਨਾਬ ਫੇਸਬੁੱਕ ਤੇ ਵੀ ਲੰਘ ਜਾਂਦੀ ਏ ਰਾਤ ਤਾਂ ਮੇਲਾ ਵੇਖ ਕੇ ਵੀ ਲੰਘ ਜਾਂਦੀ ਏ ਰਾਤ ਤਾਂ ਅੱਲਾਹ ਦੀਆਂ ਬਗਾਵਤਾਂ ਕਰਕੇ ਵੀ ਲੰਘ ਜਾਂਦੀ ਏ ਪਰ ਉਸ ਰਾਤ ਦੇ ਕਿਆ ਕਹਿਣੇ ਜਿਹੜਾ ਬੰਦਾ ਰੱਬ ਦੀ ਗੱਲ ਸੁਣ ਕੇ ਨਗਾ ਦੇਵੇ ਮੇਰੇ ਮੁਹੰਮਦ ਦੀ ਬਾਤ ਸੁਣ ਕੇ ਨਗਾ ਦੇਵੇ ਵੀਰਾ ਮੇਲਿਆਂ ਤੇ ਰਾਤਾਂ ਲਾ ਦੇਣਾ ਏ ਠੇਲਿਆਂ ਤੇ ਰਾਤਾਂ ਲਾ ਦੇਣਾ ਏ ਰੋਟੀ ਦੀ ਖਾਤਰ ਦੋ ਦੋ ਘੰਟੇ ਬਹਿ ਜਾਣਾ ਏ ਸ਼ਾਦੀ ਤੇ ਜਾਵੇ ਦੋ ਦੋ ਘੰਟੇ ਤੱਕ ਪੁੱਠਾ ਸਿੱਧਾ ਹੁੰਦਾ ਰਹਿਣਾ ਏ ਪਰ ਉੱਠ ਕੇ ਨਹੀਂ ਜਾਣਾ ਏ ਜਦੋਂ ਰੱਬ ਦੇ ਘਰ ਚੋਂ ਆ ਕੇ ਬਹਿਣਾ ਏ ਉਹਦੇ ਦਰ ਚੋਂ ਆ ਕੇ ਬਹਿਣਾ ਤੂੰ ਥੱਕ ਜਾਣਾ ਓਏ ਵੀਰਾ ਇੱਧਰ ਧਿਆਨ ਕਰੀ ਨਾ ਅੱਲਾਹ ਦੇ ਪਾਕ ਪੈਗੰਬਰ ਸੋਹਣੇ ਸੋਹਣੇ ਜੱਗੋਂ ਸੋਹਣੇ ਜਹਾਨੋਂ ਸੋਹਣੇ ਐਡਾ ਸੋਹਣਾ ਜਾਬਰ ਇੱਕ ਦਿਨ ਲੱਭਣ ਤੁਰੇ ਨਾ ਤੇ ਜਾਬਰ ਮੇਰੇ ਨਬੀ ਨੂੰ ਲੱਭਣ ਤੁਰੇ ਨਾ ਤੇ ਲੱਭਣਾ ਤਾਂ ਔਖਾ ਹੈਗਾ ਹੀ ਕੋਈ ਨਹੀਂ ਸੀ ਅਲਮ ਨਸ਼ਰਾਗ ਲੋਕੋ ਸੀਨਾ ਮੇਰੇ ਪੀਰ ਦਾ ਵੱਧ ਕਸਤੂਰੀਓ ਪਸੀਨਾ ਮੇਰੇ ਪੀਰ ਦਾ ਉਹ ਜਿਹੜੀ ਤਾਂ ਗਿਆ ਸੋਹਣਾ ਉਹ ਥਾਂ ਮਹਿਕਾ ਗਿਆ ਜੱਗਾਂ ਦਾ ਉਹ ਪੀਰ ਸਾਰੇ ਜੱਗ ਨੂੰ ਜਗਾ ਗਿਆ ਯਾ ਅੱਲਾ ਜਰੀ ਤੋੜ ਦੇ ਤੇਰੀ ਮਿਹਰਬਾਨੀ ਯਾ ਅੱਲਾ ਤੇਰੀ ਮਿਹਰਬਾਨੀ ਕਿਤੇ ਮੈਂ ਨਾ ਉਹ ਜਿਵੇਂ ਇੱਕ ਬੰਦਾ ਮਸ਼ਹੂਰ ਸੀ ਨਾ ਇੱਕ ਬੀਬੀ ਮਸ਼ਹੂਰ ਸੀ ਜਿਹੜੇ ਬੰਦੇ ਨਾਲ ਉਹਦਾ ਵਿਆਹ ਹੁੰਦਾ ਬੰਦਾ ਮਰ ਜਾਂਦਾ ਕਿਉਂ ਜੀ ਇੱਕ ਬੰਦਾ ਮਸ਼ਹੂਰ ਸੀ ਅਤੇ ਉਹਦੇ ਨਾਲ ਜਿਹੜੀ ਬੀਬੀ ਦਾ ਵਿਆਹ ਹੁੰਦਾ ਉਹ ਮਰ ਜਾਂਦੀ ਅਤੇ ਉਹਨਾਂ ਸੋਚਿਆ ਨਾ ਦੋਵਾਂ ਦਾ ਹੀ ਵਿਆਹ ਕਰ ਦੇਣੇ ਆ ਉਹਨਾਂ ਉਹਨਾਂ ਦਾ ਕੀਤਾ ਅਤੇ ਜਿਹਨੇ ਪੜਾਇਆ ਸੀ ਉਹ ਹੀ ਮਰ ਗਿਆ ਕਿਉਂ ਜੀ ਆਹ ਸਾਫ ਸਾਡੇ ਨਾਲ ਲਗਾ ਖਲੋਤਾ ਜਦੋਂ ਇੱਥੇ ਤਕਰੀਰ ਕਰੀ ਦੀ ਬੱਦਲ ਬਣ ਜਾਂਦੇ ਨੇ ਦੁਆ ਕਰੋ ਅੱਲਾ ਪਾਕਣਾ ਭਾਈ ਉਸਮਾਨ ਤੇ ਆਪਣੀ ਰਹਿਮਤ ਫਰਮਾ ਦੇ ਉਸਮਾਨ ਕਿੱਥੇ ਬੈਠਾ ਹੈ ਆਵਾਜ਼ ਚੱਲਣ ਲੱਗ ਪਈ ਏ ਯਾ ਅੱਲਾ ਜੀ ਮਿੰਨਤ ਕਰਨਾ ਮੀਂਹ ਨਾ ਪਾਵੀਂ ਆਉਣਾ ਤੇ ਮੈਂ ਇੱਥੇ ਹੀ ਬੰਦ ਕਰ ਦੇਣਾ ਅੱਲਾਹ ਅਕਬਰ ਅੱਲਾ ਕਿਉਂ ਜੀ ਨਬੀ ਪਾਕ ਸੋਹਣੇ ਸਨ ਜੱਗੋ ਸੋਹਣੇ ਤੇ ਜਾਬਰ ਲੱਭਣ ਤੁਰਿਆ ਪਤਾ ਕੀ ਕਹਿੰਦਾ ਮੈਂ ਮੱਝੇ ਨਬੀ ਚੋਂ ਜਾ ਕੇ ਸਰਕਾਰ ਨੂੰ ਵੇਖਿਆ ਤੇ ਨਬੀ ਪਾਕ ਆਰਾਮ ਫਰਮਾ ਰਹੇ ਸਨ ਚਿਹਰੇ ਤੇ ਸੁਰਖ ਰੰਗ ਦੀ ਚਾਦਰ ਸੀ ਤੇ ਨਬੀ ਪਾਕ ਦਾ ਚਿਹਰਾ ਇੰਜ ਚਮਕਦਾ ਪਿਆ ਸੀ ਜਿਵੇਂ ਅਸਮਾਨ ਦਾ ਚੰਨ ਬਦਲਾਂ ਚੋਂ ਚਮਕਦਾ ਪਿਆ
ਤੇ ਕਿੱਡਾ ਸੋਹਣਾ ਔਰ ਸਮਰਾਤ ਬੇਟੇ ਜਾਬਰ ਬਿਆਨ ਸੁਣਾਇਆ ਸੀ ਚੰਨੂ ਸੀ ਚੌਦਵੀਂ ਚੰਨ ਜੋਬਨ ਵਿੱਚ ਆਇਆ ਸੀ ਤਾਰੇ ਵੀ ਮਦਮ ਪੈ ਗਏ ਔਰ ਡਾਡੀ ਚੰਨੂ ਚਾਨਣੀ ਮੇਰੇ ਚੰਨੂ ਵੱਧ ਨਹੀਂ ਹੋ ਚੰਨਾ ਤੇਰੀ ਚਾਨਣੀ ਔਰ ਇੱਕ ਚੰਨ ਤੂੰ ਦੂਜਾ ਚੰਨ ਮੇਰਾ ਪੀਰ ਜੀ ਦੋਵਾਂ ਚੰਨਾਂ ਉੱਤੇ ਲਾਈ ਮੈਂ ਡਾਡੀ ਨਜ਼ੀਰ ਜੀ ਮੇਰਾ ਚੰਨ ਤਾਂ ਤੂੰ ਵਧਿਆ ਹੋ ਗਈ ਪਹਿਚਾਨਣੀ ਮੇਰੇ ਚੰਨੋਂ ਵੱਧ ਨਹੀਂ ਹੋ ਚੰਨਾ ਤੇਰੀ ਚਾਨਣੀ ਕਹਿੰਦੇ ਕਿਵੇਂ ਆਪਣੇ ਮੈਂ ਪੀਰ ਦਾ ਜਦ ਵੇਖਿਆ ਜਮਾਲੇ ਆਪਣੇ ਮੈਂ ਪੀਰ ਦਾ ਜਦ ਵੇਖਿਆ ਜਮਾਲੇ ਫੌਰਨ ਮੇਰੇ ਦਿਲ ਅੰਦਰ ਆਇਆ ਖਿਆਲੇ ਮੇਰੇ ਚੰਨੋਂ ਮਿਲੀਏ ਚੰਨਾ ਤੈਨੂੰ ਚਾਨਣੀ ਮੇਰੇ ਚੰਨੋਂ ਵੱਧ ਨਹੀਂ ਹੋ ਚੰਨਾ ਤੇਰੀ ਚਾਨਣੀ ਮੇਰੇ ਨਬੀ ਪਹਿਲੇ ਵੇਲਿਆਂ ਦੀ ਗੱਲ ਕਿਉਂਕਿ ਗੱਲ ਮੁਕਤਸਰ ਕਰਨ ਲੱਗਾ ਆਵਾਜ਼ ਚੱਲਣ ਲੱਗ ਪਈ ਕਿਉਂ ਜੀ ਗੱਲ ਨੂੰ ਨਿਬੇੜੀ ਹੈ ਨਾ ਕੋਈ ਹੋਰ ਮੁਕਰਰ ਹੈਗਾ ਜੇ ਭਾਈ ਬੁਲਾ ਲਓ ਉਹ ਜਿਵੇਂ ਇੱਕ ਪਠਾਨ ਸੀ ਨਾ ਜਦੋਂ ਕੱਪੜੇ ਧੋਂਦਾ ਸੀ ਮੀਂਹ ਪੈਣ ਲੱਗ ਪੈਂਦਾ ਇੱਕ ਦਿਨ ਉਹਨੇ ਸੋਚਿਆ ਚੁੱਪ ਕਰਕੇ ਜਾਣ ਤੇ ਉਹ ਦੁਕਾਨ ਤੇ ਗਿਆ ਤੇ ਬੱਦਲ ਆ ਗਿਆ ਕਹਿੰਦਾ ਮੈਂ ਤਾਂ ਜਨਾਬ ਕੋਈ ਹੋਰ ਸ਼ਾਹ ਲੈਣ ਆਇਆ ਸੀ ਇਸ ਕਰਕੇ ਮੈਂ ਮਕਾਨ ਲੱਗਾ ਜੀ ਕੋਈ ਬੰਦਾ ਬੁਲਾ ਲਿਆ ਮੀਂਹ ਪੈ ਜਾ ਫਿਰ ਮੇਰਾ ਨਾਂ ਹੋ ਜਾ ਅੱਲਾ ਅਕਬਰ ਅੱਲਾ ਤੇ ਗੌਰ ਕਰਿਆ ਜੀ ਮੁਸਨਦ ਅਹਿਮਦ ਦੀ ਰਵਾਇਤ ਅੱਲਾ ਦੇ ਪਾਕ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਰਕਾਰ ਤਸ਼ਰੀਫ ਫਰਮਾਣੇ ਆਮਿਨਾ ਦੇ ਲਾਲ ਸਿਆਬਾਂ ਨੂੰ ਕਹਿਣ ਲੱਗੇ ਨਾ ਓਏ ਧਿਆਨ ਨਾਲ ਆਪਣੀ ਜਗ੍ਹਾ ਤੇ ਬੈਠੇ ਰਿਹਾ ਜੀ ਅੱਲਾਹੁ ਅਕਬਰ ਅੱਲਾ ਸਿਆਬਾ ਤਾਂ ਕੇ ਜਾਂਦੇ ਸਨ ਨਬੀ ਪਾਕ ਨੂੰ ਤੱਕਦੇ ਰਹੀਏ ਨਾ ਸਿਆਬਾ ਦਾ ਦਿਲ ਕੀ ਕਰਦਾ ਔਰ ਦਿਲ ਨਬੀ ਦੇ ਨਜ਼ਾਰੇ ਕੋਲੋਂ ਰੱਜਦਾ ਹੀ ਨਹੀਂ ਔਰ ਸਾਨੂੰ ਜੱਗ ਵਿੱਚ ਹੋਰ ਕੋਈ ਲੱਭਦਾ ਹੀ ਨਹੀਂ ਔਰ ਮੇਰੇ ਸੋਹਣੇ ਦੀ ਜ਼ਬਾਨ ਸਾਡੇ ਵਾਸਤੇ ਕੁਰਾਨ ਕਿਸੇ ਹੋਰ ਦਾ ਬਿਆਨ ਚੰਗਾ ਲੱਗਦਾ ਹੀ ਨਹੀਂ ਆਖੇ ਆਪ ਖੁਦਾ ਜਿਬਰਾਇਲ ਤੂੰ ਜਾ ਔਰ ਜਾ ਕੇ ਸੋਹਣੇ ਨੂੰ ਲਿਆ ਫਰਕ ਫੱਬਦਾ ਹੀ ਨਹੀਂ ਮੇਰੇ ਸੋਹਣੇ ਜਿਹਾ ਹੋਰ ਕੋਈ ਲੱਭਦਾ ਹੀ ਨਹੀਂ ਓਏ ਨਬੀ ਬੈਠੇ ਨੇ ਬੁਰਾਕ ਨਬੀ ਬੈਠੇ ਨੇ ਬੁਰਾਕ ਪਹੁੰਚੇ ਫਲਕਾਂ ਤੋਂ ਪਾਰ ਅੱਗੋਂ ਪੈਂਦੀ ਹੈ ਆਵਾਜ਼ ਕੋਈ ਡੱਕਦਾ ਹੀ ਨਹੀਂ ਓਏ ਦਿਲ ਨਬੀ ਦੇ ਨਜ਼ਾਰੇ ਕੋਲੋਂ ਰੱਜਦਾ ਹੀ ਨਹੀਂ ਸਿਆਬਾ ਤਾਂ ਕੇ ਜਾਂਦੇ ਸਨ ਸਰਕਾਰ ਫਰਮਾਣ ਲੱਗੇ ਨਾ ਅੱਲਾ ਦੇ ਪਾਕ ਪੈਗੰਬਰ ਮੇਰੇ ਤੁਹਾਡੇ ਪਿਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਪ ਫਰਮਾਉਂਦੇ ਨੇ ਪਹਿਲੇ ਵੇਲਿਆਂ ਦੀ ਗੱਲ ਇੱਕ ਬੀਬੀ ਨੂੰ ਪੈਸਿਆਂ ਦੀ ਲੋੜ ਪੈ ਗਈ ਇਹਦਾ ਖਾਮਦ ਫੌਤ ਹੋ ਗਿਆ ਨਾ ਅੱਲਾ ਕਰਕੇ ਕਿਸੇ ਦਾ ਖਾਮਦ ਨਾ ਫੌਤ ਹੋ ਜਾ ਗਰੀਬੀਆਂ ਆ ਜਾਣ ਲੋਕਾਂ ਦੀਆਂ ਨਜ਼ਰਾਂ ਬਦਲ ਜਾ ਕਰਦੀਆਂ ਨੇ ਗਰੀਬੀਆਂ ਆ ਜਾਣ ਲੋਕਾਂ ਦੇ ਅੰਦਾਜ਼ ਬਦਲ ਜਾ ਕਰਦੇ ਨੇ ਰਿਸ਼ਤੇਦਾਰੀਆਂ ਬਦਲ ਜਾ ਕਰਦੀਆਂ ਨੇ ਅੰਦਾਜ਼ ਤੇ ਲਹਿਜੇ ਬਦਲ ਜਾ ਕਰਦੇ ਨੇ ਗਰੀਬੀ ਆ ਗਈ ਨਾ ਤੇ ਗਰੀਬੀ ਬੜੀ ਡਾਢੀ ਜਾਣ ਔਰ ਰੋਗਾਂ ਵਿੱਚੋਂ ਰੋਗ ਹੈ ਡਾਡਾ ਤੇ ਜਿਸ ਦਾ ਨਾਮ ਗਰੀਬੀ
ਓਏ ਕੰਡ ਵਖਾਲ ਕੇ ਲੰਘ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਔਖੇ ਵੇਲੇ ਕੌਣ ਨੇ ਬਤਾਇਆ ਐਵੇਂ ਲੋਕੀ ਗੱਲਾਂ ਹੀ ਕਰਦੇ ਨੇ ਐਵੇਂ ਬਾਤਾਂ ਹੀ ਕਰਦੇ ਨੇ ਤੇ ਬਾਬਾ ਜੀ ਕਹਿੰਦੇ ਨੇ ਉਹ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਅੱਜ ਉਹਨਾਂ ਵੀ ਬਾਦੀਆਂ ਹਾਰੀਆਂ ਨੇ ਉਹ ਜਿਹੜੇ ਤਰਸਦੇ ਦੀਦ ਨੂੰ ਦਿਨੇ ਰਾਤੀ ਅੱਜ ਉਹਨਾਂ ਵੀ ਬਾਰੀਆਂ ਮਾਰੀਆਂ ਨੇ ਉਹ ਬਾਗ ਅੰਦਰ ਜਦੋਂ ਫਜ਼ਾਨੇ ਵਾਲ ਖੋਲੇ ਪੰਛੀ ਉੱਡ ਗਏ ਮਾਰ ਉਡਾਰੀਆਂ ਨੇ ਓਏ ਮੁਹੰਮਦ ਬੂਟਿਆ ਝੂਠਾ ਹੀ ਜੱਗ ਸਾਰਾ ਕੱਲੇ ਅੱਲਾ ਦੀਆਂ ਸੱਚੀਆਂ ਯਾਰੀਆਂ ਨੇ ਕੋਈ ਨੀ ਉਹ ਨਾਲ ਲਿਪਦਾ ਐਵੇਂ ਗੱਲਾਂ ਹੀ ਗੱਲਾਂ ਨੇ ਓਏ ਵਾਰਸ ਮਾਨ ਨਾ ਕਰੀਬ ਇਹਨਾਂ ਵਾਰਸਾਂ ਦਾ ਰੱਬ ਬੇ ਵਾਰਸਾ ਕਰਕੇ ਮਾਰਦਾਈ ਅੱਲਾਹੂ ਅਕਬਰ ਅੱਲਾ ਇਹ ਬੀਬੀ ਮੰਗਣ ਗਈ ਦਰ ਦਰ ਤੇ ਗਈ ਨਾ ਸਭਨਾਂ ਨੇ ਇਹਨੂੰ ਜਨਾਬ ਟਾਲ ਦਿੱਤਾ ਨਾ ਸਾਰਿਆਂ ਕੱਲ ਦਿੱਤਾ ਨਾ ਕਹਿੰਦੇ ਨੇ ਬੀਬੀ ਮੰਗਣ ਵਾਲੇ ਤਾਂ ਬੜੇ ਫਿਰਦੇ ਪੈਣੇ ਬੀਬੀ ਅੱਲਾ ਤੇਰਾ ਭਲਾ ਕਰੇ ਨਾ ਓਏ ਤੇਰੇ ਬੂਹੇ ਤੇ ਕੋਈ ਆ ਜਾ ਉਹਨੂੰ ਤੂੰ ਕਾਰਿਆ ਨਾ ਕਰਨਾ ਉਹਨੂੰ ਦੇ ਦਿਆ ਕਰ ਤੂੰ ਕਿਹੜਾ ਆਪਣੀ ਜੇਬ ਦੇ ਵਿੱਚੋਂ ਦੇਣਾ ਅੱਲਾ ਦੇ ਦਿੱਤੇ ਵਿੱਚੋਂ ਦੇਣਾ ਤੇ ਕੇ ਮਾਨ ਨਾ ਕਰਿਆ ਕਰ ਸਜਦੇ ਪੈ ਜਾਇਆ ਕਰਨਾ ਉਹਨੂੰ ਆਖਿਆ ਕਰ ਯਾ ਅੱਲਾ ਤੇਰਾ ਸ਼ੁਕਰ ਤੂੰ ਦੇਣ ਵਾਲਿਆਂ ਚੋਂ ਕੀਤਾ ਲੈਣ ਵਾਲਿਆਂ ਚੋਂ ਨਹੀਂ ਉਹ ਕੀਤਾ ਬੜੇ ਬੜੇ ਸੋਹਣੇ ਮੰਗਣ ਤੇ ਲਾ ਦਿੱਤੇ ਤੂੰ ਬੜਿਆਂ ਬੜਿਆਂ ਕੋਲੋਂ ਮੰਗਵਾਉਂਦਾ ਪਿਆ ਏ ਬੜਿਆਂ ਬੜਿਆਂ ਨੂੰ ਮੰਗਣ ਤੇ ਲਾਇਆ ਹੋਇਆ ਤੂੰ ਅੱਲਾ ਕੋ ਅਕਬਰ ਅੱਲਾ ਤੇ ਆਖਿਆ ਕਰ ਅੱਲਾ ਸੋਹਣਿਆ ਜੇ ਦੇਣ ਦੀਆਂ ਤੋਫੀਕਾਂ ਦਿੱਤੀਆਂ ਹੀ ਆਪਣੀ ਬਾਰਗਾਹ ਦੇ ਅੰਦਰ ਕਬੂਲ ਫਰਮਾ ਲੈ ਸਦਕਾ ਉਹ ਹੀ ਨਜਾਤ ਜਿਹੜਾ ਕਬੂਲ ਹੋ ਜਾਏ ਉਹ ਸਦਕਾ ਮੁਸੀਬਤ ਜਿਹੜਾ ਬੰਦੇ ਵਾਸਤੇ ਅੱਲਾ ਦੇ ਦਰਬਾਰ ਚੋਂ ਕਬੂਲ ਨਾ ਹੋਵੇ ਉਹ ਕਿਆਮਤ ਵਾਲੇ ਦਿਨ ਸਖੀ ਨੂੰ ਫੜ ਕੇ ਜਨਮ ਦਾ ਬਾਲਣ ਇਸ ਕਰਕੇ ਹੀ ਬਣਾਇਆ ਜਾਏਗਾ ਕਿ ਉਹਦਾ ਸਦਕਾ ਕਬੂਲ ਹੀ ਕੋਈ ਨਹੀਂ ਹੋਣਾ ਅੱਲਾ ਮਹਿਫੂਜ਼ ਫਰਮਾ ਲੈ ਇਹ ਬੀਬੀ ਸਾਰਿਆਂ ਦੇ ਬੂਹੇ ਤੇ ਗਈ ਤਰਲਾ ਤੁਰਲਾ ਲਿਆ ਪਰ ਕਿਸੇ ਨੇ ਮਦਦ ਨਾ ਕੀਤੀ ਆਖਰ ਇੱਕ ਬੰਦਾ ਜਿਹਦਾ ਨਾਂ ਕੀ ਕਿਫਲ ਕੀ ਨਾਂ ਹੈ ਕਿਫਲ ਬੜਾ ਬੰਦਾ ਕਿਫਲ ਬੜਾ ਗੁਨੇਗਾਰ ਆਦੀ ਮੁਜਰਮ ਅੱਲਾ ਦਾ ਆਦੀ ਮੁਜਰਮ ਨਾ ਫਰਮਾਨ ਖਤਾਕਾਰ ਲਰਦਸ਼ਾਂ ਵਾਲਾ ਕਮੀਆਂ ਵਾਲਾ ਕੁਤਾਈਆਂ ਵਾਲਾ ਨਾ ਫਰਮਾਨੀਆਂ ਵਾਲਾ ਤੇ ਯਾਦ ਰੱਖੀ ਕਦੀ ਕਦੀ ਅੱਲਾ ਬੁਰਿਆਂ ਨੂੰ ਵੀ ਆਪਣਾ ਬਣਾ ਲੈਂਦੇ ਨੇ ਉਹਨੇ ਪੁੱਛਣਾ ਕਿਸੇ ਕੋਲ ਕੋਈ ਨਹੀਂ ਮਸ਼ਵਰਾ ਕੋਈ ਨਹੀਂ ਲੈਣਾ ਜੇ ਉਹਨੂੰ ਕੰਜਰੀ ਪਸੰਦ ਆ ਜਾ ਉਹਨੂੰ ਜੰਨਤ ਦੇ ਦਿੰਦਾ ਜੇ ਉਹਨੂੰ ਟਾਣੀਆਂ ਵੱਢਣ ਵਾਲਾ ਪਸੰਦ ਆ ਜਾ ਉਹਨੂੰ ਜੰਤਾਂ ਦੇ ਦਿੰਦਾ ਅੱਲਾਹੁ ਅਕਬਰ ਅੱਲਾ ਐਵੇਂ ਮਾਨ ਨਾ ਕਰਿਆ ਕਰ ਐਵੇਂ ਚਾਵੜਾ ਨਾ ਮਾਰਿਆ ਕਰ ਐਵੇਂ ਆਪਣੀਆਂ ਨਮਾਜ਼ਾਂ ਉੱਤੇ ਤਕੱਬਰ ਨਾ ਕਰਿਆ ਕਰ ਓਏ ਆਪਣੇ ਨੇਕੀਆਂ ਉੱਤੇ ਮਾਨ ਨਾ ਕਰਿਆ ਕਰ ਉੱਚਾ ਨਾਮ ਜਿਸ ਨੇ ਰੱਖਿਆ ਉਹ ਚੁੱਲ੍ਹੇ ਦੇ ਵਿੱਚ ਸੜਿਆ ਓਏ ਨੀਵਾਂ ਨੀਵਾਂ ਲੰਘ ਮੁਹੰਮਦ ਲੰਘ ਜਾਵੇਂਗਾ ਅੜਿਆ ਤੇ ਪੜ੍ਹਨੇ ਦਾ ਨਾ ਤੂੰ ਮਾਨ ਕਰੀ ਓਏ ਓਏ ਪੜ੍ਹਨੇ ਦਾ ਨਾ ਤੂੰ ਮਾਨ ਕਰੀ ਓਏ ਓਏ ਨਾ ਆਖੀ ਮੈਂ ਪੜਿਆ
ਸਲਾਮ ਓ ਜੱਬਾਰ ਕਹਾਰ ਸਦਾਵੇ ਮਾਤਾ ਰੋੜ ਸੱਟੇ ਦੁੱਧ ਕੜਿਆ ਆਦਰ ਮੇਰੇ ਵੀਰੋ ਧਿਆਨ ਕਰਿਆ ਜੇ ਅੱਲਾ ਪਾਪੀਆਂ ਨੂੰ ਵੀ ਮੁਆਫ ਕਰ ਦਿੰਦੇ ਨੇ ਐਨ ਕਰਕੇ ਬੀਬੀਆਂ ਦੇ ਬੂਹੇ ਤੇ ਆ ਗਈ ਕਹਿੰਦੀ ਅੱਲਾ ਦਾ ਨਾਈ ਅੱਲਾ ਦਾ ਨਾਈ ਮੈਨੂੰ ਪੈਸੇ ਦੇ ਦੇਣਾ ਮੇਰੇ ਬੱਚੇ ਭੁੱਖ ਨਾਲ ਮਰਦੇ ਪੈਣੇ ਇਹ ਕਹਿੰਦਾ ਬੀਬੀ ਮੈਨੂੰ ਤੂੰ ਜਾਣਨੀ ਏ ਲੋਕੀ ਮੈਨੂੰ ਕਿਫਲ ਆਖਦੇ ਨੇ ਮੈਂ ਬੜਾ ਗੁਨੇਗਾਰ ਮੈਂ ਬੜਾ ਗੱਦੇਕਾਰ ਮੈਂ ਬੜਾ ਪਾਪੀ ਆਂ ਮੈਂ ਬੜਾ ਗੁਨੇਗਾਰ ਆਂ ਮੈਂ ਮੁਫਤੀ ਮੱਤਾਂ ਨਹੀਂ ਕਰਦਾ ਨਾ ਮੇਰਾ ਕੋਈ ਮੁਫਾਤ ਹੋਵੇ ਤਾਂ ਕੰਮ ਕਰਨਾ ਵਾ ਅੱਲਾਹ ਕੋ ਅਕਬਰ ਅੱਲਾਹ ਕਹਿੰਦੀ ਏ ਓਏ ਕਿਫਲ ਮੈਂ ਕੀ ਤੈਨੂੰ ਦੇ ਸਕਣੀ ਆ ਕਹਿੰਦਾ ਬੀਬੀ ਤੂੰ ਮੇਰੇ ਨਾਲ ਬੁਰਾਈ ਕਰ ਲੈ ਮੈਂ ਤੇਰੇ ਬੱਚਿਆਂ ਨੂੰ ਰੋਟੀ ਖਿਲਾ ਦੇਣਾ ਵਾ ਕੌਣ ਫਰਮਾ ਰਹੇ ਨੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੇਰੀ ਸਰਕਾਰ ਵੀ ਰੋ ਰਹੇ ਹੋਣਗੇ ਸਿਆਬਾ ਵੀ ਰੋ ਰਹੇ ਹੋਣਗੇ ਤੇ ਬੀਬੀਆਂ ਦੀ ਹੋਏਗੀ ਅੱਲਾ ਸੋਹਣਿਆ ਇਹੋ ਜਿਹਾ ਵੀ ਹਾਲਾਤ ਆਉਣੇ ਸਨ ਅੱਲਾ ਸੋਹਣਿਆ ਇਹੋ ਜਿਹਾ ਵੀ ਮਾਮਲੇ ਬਣਨੇ ਸਨ ਅੱਲਾ ਦੀ ਤਰਫੋਂ ਇਮਤਿਹਾਨ ਆ ਗਿਆ ਨਾ ਅੱਲਾ ਆਪਣੇ ਬੰਦਿਆਂ ਨੂੰ ਅਦਮਾਇਆ ਕਰਦੇ ਨੇ ਅੱਲਾ ਕਹਿੰਦੇ ਨੇ ਬੀਬੀ ਘਬਰਾ ਵੀ ਨਾ ਮੈਂ ਤੇਰਾ ਰੱਬ ਤੇਰੇ ਨਾਲ ਅੱਜ ਤੇਰੀ ਵਜ੍ਹਾ ਕਰਕੇ ਇਹਨੂੰ ਮੈਂ ਅੱਜ ਆਪਣਾ ਬੰਦਾ ਬਣਾ ਲੈਣਾ ਅੱਜ ਤੇਰੀ ਵਜ੍ਹਾ ਕਰਕੇ ਅੱਜ ਇਹਨੂੰ ਕੋਈ ਸਿੱਧਾ ਨਹੀਂ ਕਰ ਸਕਿਆ ਆ ਜਿਹੜਾ ਮੇਰੇ ਬੂਹੇ ਤੇ ਨਹੀਂ ਆ ਸਕਿਆ ਅੱਜ ਤੇਰੀ ਵਜ੍ਹਾ ਕਰਕੇ ਮੈਨੂੰ ਆਪਣਾ ਬੇਲੀ ਬਣਾ ਲੈਣਾ ਏ ਅਖਲਾਉਂ ਸਖਲਾਉਂ ਮਰਹਬਾ ਮੇਰੇ ਬਰਾਦਰੇ ਮੁਕਰਮ ਖਤੀਬੇ ਪਾਕਿਸਤਾਨ ਖਤੀਬੇ ਦੀ ਸ਼ਾਨ ਮੇਰੀ ਜਿੰਦ ਜਾਨ ਅੱਲਾ ਪਾਕ ਮੇਰੇ ਵੀਰ ਦੀ ਉਮਰ ਚੋਂ ਬਰਕਤ ਫਰਮਾਏ ਹਜ਼ਰਤ ਮੌਲਾਨਾ ਇਸਮਾਇਲ ਅਤੀਕ ਸਾਹਿਬ ਮੇਰਾ ਵੀਰ ਤਸ਼ਰੀਫ ਲੈ ਕੇ ਆ ਗਏ ਅੱਲਾ ਪਾਕ ਕਦਮ ਕਦਮ ਹੀ ਫਾਤਿਹਾ ਫਰਮਾਏ ਤੇ ਹੁਣ ਮੈਂ ਗੱਲ ਮੁਕਾਉਣ ਲੱਗਾ ਹੁਣ ਬਾਅਦ ਤੋਂ ਮੀਂਹ ਆ ਜਾ ਤੇ ਮੇਰਾ ਕੋਈ ਜ਼ਿੰਮਾ ਨਹੀਂ ਕਿਉਂ ਜੀ ਹੁਣ ਮੈਂ ਗੱਲ ਅੱਲਾ ਨੇ ਰਾਵ ਅਲਹਮਦੁਲਿਲਾ ਅਲਹਮਦੁਲਿਲਾ ਤੇ ਇਹ ਜਨਾਬ ਬੀਬੀ ਕਹਿੰਦੀ ਏ ਅੱਲਾ ਸੋਹਣਿਆ ਇਹੋ ਜਿਹਾ ਵੀ ਹਾਲਾਤ ਬਣੇ ਸਨ ਇਹੋ ਜਿਹਾ ਵੀ ਮਾਮਲਾਤ ਬਣਨੇ ਸਨ ਆ ਗੱਲ ਮੁੱਕਣ ਲੱਗੀ ਜੇ ਧਿਆਨ ਨਾਲ ਸੁਣਦੇ ਜਾਓ ਨਾ ਅੱਲਾ ਕੋ ਅਕਬਰ ਅੱਲਾ ਸਰਕਾਰ ਫਰਮਾਉਂਦੇ ਨੇ ਬੀਬੀ ਨੂੰ ਇਹਨੇ 60 ਰੁਪਈਏ ਦਿੱਤੇ ਨਾ ਬੀਬੀ ਘਰ ਚਲੀ ਗਈ ਆਪਣੇ ਬੱਚਿਆਂ ਨੂੰ ਰੋਟੀ ਖਿਲਾ ਦਿੱਤੀ ਨਾ ਰੋਟੀ ਖਿਲਾਉਣ ਤੋਂ ਬਾਅਦ ਸ਼ਾਮਾਂ ਪੈਣ ਲੱਗ ਪਈਆਂ ਨਾ ਡਰਨ ਲੱਗ ਪਈ ਯਾ ਅੱਲਾ ਜੇ ਮੈਂ ਜੂਣਾ ਗਈ ਨਾ ਬੋਲੀਆਂ ਨਾ ਮਾਰਿਆ ਕਰ ਤਾਨੇ ਨਾ ਮਾਰਿਆ ਕਰ ਐਵੇਂ ਨਾ ਆਖਿਆ ਕਰ ਫਲਾਨਾ ਇਹੋ ਜੈ ਪੁੱਛਿਆ ਕਰ ਬੈਣਾ ਤੈਨੂੰ ਮਜਬੂਰੀਆਂ ਕੀ ਬਣੀਆਂ ਨਾ ਇੱਥੇ ਤੈਨੂੰ ਕਿਹੜੀ ਸ਼ੈ ਲੈ ਕੇ ਆ ਗਈ ਨਾ ਤਾਨੇ ਨਾ ਮਾਰੀ ਬੋਲੀਆਂ ਨਾ ਮਾਰੀ ਨਾ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਤੇ ਸਜਣਾ ਵੀ ਮਰ ਜਾਣਾ ਡਿਗਰ ਤੇ ਦਿਨ ਗਿਆ ਮੁਹੰਮਦ ਓੜਕ ਨੂੰ ਡੁੱਬ ਜਾਣਾ
ਚਾਦਰ ਗੌਰ ਕਰਿਆ ਜੇਨਾ ਇਹ ਬੀਬੀ ਤੁਰਦਿਆਂ ਤੁਰਦਿਆਂ ਕਿਫਲ ਦੇ ਬੂਹੇ ਤੇ ਜਾ ਪਹੁੰਚੀ ਨਾ ਮੇਰੇ ਵੀਰਾਂ ਨੇ ਮੇਰੇ ਜ਼ਿੰਮੇ ਤੌਬਾ ਇਸਤਿਗਫਾਰ ਦਾ ਮੌਜੂ ਲਾਇਆ ਧਿਆਨ ਨਾਲ ਸੁਣ ਲੈਣਾ ਜਾਉਂਦੀ ਕੁੰਡੀ ਖੜਕਾਈ ਨਾ ਇਹਨੇ ਬੀਬੀ ਨੂੰ ਲਿਆ ਤੇ ਅੰਦਰ ਚਲਾ ਗਿਆ ਆਪਣੀ ਖਾਬਗਾਹ ਦੇ ਅੰਦਰ ਚਲਾ ਗਿਆ ਨਾ ਬੀਬੀ ਅੰਦਰ ਗਈ ਤੇ ਡਰਨ ਲੱਗ ਪਈ ਕੰਬਣ ਲੱਗ ਪਈ ਘਬਰਾਉਣ ਲੱਗ ਪਈ ਅੱਖਾਂ ਚੋਂ ਆਂਸੂ ਆ ਗਏ ਨਾ ਅੱਲਾਹੂ ਅਕਬਰ ਅੱਲਾ ਕਹਿੰਦਾ ਬੀਬੀ ਤੈਨੂੰ ਕੀ ਬਣ ਗਿਆ ਨਾ ਤੈਨੂੰ ਕੀ ਹੋ ਗਿਆ ਨਾ ਇਹ ਬੀਬੀ ਕਹਿੰਦੀ ਓਏ ਕਿਫਲ ਮੈਨੂੰ ਤਾਂ ਰੱਬ ਤੋਂ ਡਰ ਪਿਆਂਦਾ ਏ ਮੈਨੂੰ ਤਾਂ ਰਹਿਮਾਨ ਤੋਂ ਡਰ ਪਿਆਂਦਾ ਓਏ ਕਿਫਲ ਅਗਰ ਗੁਨਾਹ ਕਰਦਿਆਂ ਕਰਦਿਆਂ ਮੌਤ ਆ ਗਈ ਤੇ ਅੱਲਾ ਦਾ ਸਾਹਮਣਾ ਕਿਵੇਂ ਕਰਾਂਗੇ ਸੋਚਿਆ ਕਰ ਮੈਂ ਜੂ ਪਾਪ ਕਰਨ ਲੱਗਾ ਵਾਂ ਮੈਂ ਜੂ ਬਾਗੀ ਬਣਨ ਲੱਗਾ ਵਾਂ ਮੈਨੂੰ ਮੌਤ ਆ ਗਈ ਅੱਲਾ ਦਾ ਸਾਹਮਣਾ ਕਿਵੇਂ ਕਰਾਂਗਾ ਇਹ ਬੀਬੀ ਸਮਝਾਉਣ ਲੱਗ ਪਈ ਨਾ ਓਏ ਕਿਫਲ ਡਰ ਜਾ ਰੱਬ ਦਾ ਖੌਫ ਕਰ ਜਾ ਓਏ ਕਿਫਲ ਗੁਨਾਹ ਕਿਆਮਤ ਤੱਕ ਲਈ ਬਾਕੀ ਰਹੇਗਾ ਆ ਝੱਟਦੀ ਲੱਤ ਤੈਨੂੰ ਜਹਨਮ ਚੋਂ ਹਜ਼ਾਰਾਂ ਸਾਲ ਛੁਡਵਾਏਗੀ ਅੱਲਾਹੂ ਅਕਬਰ ਅੱਲਾ ਇਹ ਸਮਝਾਉਣ ਲੱਗ ਪਈ ਕਿਫਲ ਸਮਝਣ ਲੱਗ ਪਿਆ ਐਂ ਕਰਕੇ ਸਿਰ ਸੱਟਿਆ ਹੋਏਗਾ ਕਿਫਲ ਨੇ ਇਹ ਗੱਲਾਂ ਕੀਤੀ ਜਾਂਦੀ ਕਿਫਲ ਸੁਣੀ ਜਾਂਦਾ ਏ ਬਾਦ ਔਕਾਤ ਘੰਟਿਆਂ ਦੀਆਂ ਤਕਰੀਰਾਂ ਅਸਰ ਨਹੀਂ ਕਰਦੀਆਂ ਬਾਦ ਔਕਾਤ ਘੰਟਿਆਂ ਦੀਆਂ ਬੋਲੀਆਂ ਅਸਰ ਨਹੀਂ ਕਰਦੀਆਂ ਦੋ ਬੋਲ ਬੰਦੇ ਦੀ ਜ਼ਿੰਦਗੀ ਬਦਲ ਦਿੰਦੇ ਨੇ ਬਾਦ ਔਕਾਤ ਬੰਦੇ ਨੂੰ ਜਨਾਬ ਤੋਂ ਬੋਲ ਹੀ ਬਦਲਣ ਲਈ ਕਾਫੀ ਹੋ ਜਾਂਦੇ ਨੇ ਅੱਲਾਹੂ ਅਕਬਰ ਅੱਲਾ ਇਹਨੂੰ ਕਹਿਣ ਲੱਗੀ ਓਏ ਕਿਫਲ ਰੱਬ ਕੋਲੋਂ ਡਰ ਜਾ ਉਹਦਾ ਦਰਵਾਜ਼ਾ ਖੁੱਲ੍ਹਾ ਹੀ ਉਹਨੂੰ ਮਨਾ ਲੈਣਾ ਉਹਦੇ ਬੂਹੇ ਤੇ ਜਾ ਬਹਿਣਾ ਅੱਲਾਹੂ ਅਕਬਰ ਅੱਲਾ ਕਿਫਲ ਕਹਿੰਦਾ ਬੀਬੀ ਚੱਲ ਜਲਦੀ ਨਾਲ ਚਲੀ ਜਾਣਾ ਜਲਦੀ ਨਾਲ ਚਲੀ ਜਾਣਾ ਆ ਮੇਰਾ ਦਰਵਾਜ਼ਾ ਖੁੱਲ੍ਹਾ ਹੀ ਜਾਂ ਮੈਂ ਤੈਨੂੰ ਮੁਆਫ ਕਰ ਦਿੱਤਾ ਨਾ ਤੇ ਜਾਂਦਿਆਂ ਜਾਂਦਿਆਂ ਮੇਰੇ ਹੱਕ ਤੋਂ ਦੁਆਵਾਂ ਕੀਤੀ ਜਾਵੀ ਨਾ ਰੱਬ ਨੂੰ ਆਖੀ ਜਾਵੀ ਅੱਲਾ ਸੋਹਣਿਆ ਇਹਨੇ ਮੈਨੂੰ ਮੁਆਫ ਕੀਤਾ ਯਾ ਅੱਲਾ ਤੂੰ ਇਹਨੂੰ ਮੁਆਫ ਕਰ ਦੇ ਓਏ ਦੁਆਵਾਂ ਲਿਆ ਕਰ ਬਸ ਦੁਆਵਾਂ ਨਾ ਲਿਆ ਕਰ ਦੁਆਵਾਂ ਬੜੀਆਂ ਰੰਗ ਲਾਉਂਦੀਆਂ ਹੀ ਨਾ ਬੀਬੀ ਨੇ ਦੁਆਵਾਂ ਦਿੱਤੀਆਂ ਟੁਰ ਗਈ ਐਂ ਕਰਕੇ ਕਿਫਲ ਨੇ ਬੂਹਾ ਮਾਰ ਲਿੱਤਾ ਨਾ ਰੱਬ ਦੇ ਸਾਹਮਣੇ ਆ ਗਿਆ ਨਾ ਕਹਿੰਦਾ ਅੱਲਾ ਸੋਹਣਿਆ ਮੈਨੂੰ ਕਿਫਲ ਆਖਦੇ ਨੇ ਯਾ ਅੱਲਾ ਮੈਂ ਪਾਪੀ ਵੀ ਹਾਂ ਯਾ ਅੱਲਾ ਮੈਂ ਮੁਜਰਮ ਵੀ ਹਾਂ ਯਾ ਅੱਲਾ ਮੈਂ ਗੰਦਾ ਵੀ ਹਾਂ ਯਾ ਅੱਲਾ ਮੈਂ ਭੈੜਾ ਵੀ ਹਾਂ ਯਾ ਅੱਲਾ ਮੇਰੇ ਵਰਗਾ ਗੁਨਾਹਗਾਰ ਕੋਈ ਨਹੀਂ ਯਾ ਅੱਲਾ ਮੇਰੇ ਗੁਨਾਹਾਂ ਦੀ ਹੱਦ ਕੋਈ ਨਹੀਂ ਯਾ ਅੱਲਾ ਤੇਰੀ ਰਹਿਮਤ ਦੀ ਹੱਦ ਕੋਈ ਨਹੀਂ ਅੱਲਾ ਮੈਂ ਗੁਨਾਹਗਾਰ ਹਾਂ ਅੱਲਾ ਮੈਂ ਗੰਦਾ ਵਾਂ ਆਖਰ ਤਾਂ ਤੇਰਾ ਹੀ ਬੰਦਾ ਵਾਂ ਕਿੰਦਾ ਬੰਦਾ ਕਹਿੰਦਾ ਯਾ ਅੱਲਾ ਮੈਂ ਭੁੱਲ ਗਿਆ ਸਾਂ ਆ ਗਿਆ ਈ ਅੱਲਾ ਮੈਨੂੰ ਮੁਆਫ ਕਰ ਦੇਣਾ ਤੇ ਰੱਬ ਤਾਂ ਤਾਨਾ ਵੀ ਨਹੀਂ ਮਾਰਦਾ ਬੋਲੀ ਵੀ ਨਹੀਂ ਮਾਰਦਾ ਰੱਬ ਤਾਂ ਇਹ ਵੀ ਨਹੀਂ ਕਹਿੰਦਾ ਸਾਰੀ ਉਮਰ ਨਹੀਂ ਆਇਆ ਹੁਣ ਆ ਗਿਆ ਏ ਅੱਲਾ ਤਾਂ ਇਹ ਵੀ ਨਹੀਂ ਕਹਿੰਦੇ ਤੂੰ ਬੁੱਢਾ ਹੋ ਗਿਆ ਅੱਲਾ ਤਾਂ ਅੰਦਾਜ਼ ਵੇਖ ਲਓ ਆਖਰੀ ਇੱਕ ਦੋ ਮਿੰਟ ਚੋਂ ਗੱਲਾਂ ਸੁਣ ਲਓ ਬੰਦਾ ਬੁੱਢਾ ਹੋ ਜਾ ਹੱਥਾਂ ਪੈਰਾਂ ਤੇ ਰੇਸ਼ਾ ਤਾਰੀ ਹੋ ਜਾ ਦੰਦ ਭੁਰ ਜਾਣ ਕੰਨਾਂ ਤੋਂ ਸੁਣਨਾ ਬੰਦ ਕਰ ਦੇਵੇ ਅੱਖਾਂ ਦੀ ਬਿਨਾਈ ਚਲੀ ਜਾਣਾ ਓਏ ਤੀਆਂ ਪੁੱਤਰ ਚੁੱਕਣ ਮਸੀਤੇ ਸੱਟ ਆਵਣ ਬਾਬਾ ਤੂੰ ਮਸੀਤੇ ਰਹਿਣ ਤੂੰ ਤੂੰ ਬਾਰ ਬਾਰ ਕਰੇ ਆਣਾ ਸਾਨੂੰ ਵਕਤ ਪਾਣ ਮਸੀਤੇ ਛੱਡ ਕੇ ਆਉਣ ਹਾਲਾਤ ਨੇ ਅੱਜ ਨੂੰ ਮਸੀਤ ਜੋਗਾ ਕਰ ਦਿੱਤਾ ਹੁਣ ਜਨਾਬ ਇਹ ਕਦੀ ਰੱਬ ਦੇ ਸਾਹਮਣੇ ਨਹੀਂ ਬੈਠਾ ਇਹਨੂੰ ਵਜ਼ੂ ਕਰਨ ਦਾ ਵੱਲ ਨਹੀਂ ਹੈਗਾ ਵਜ਼ੂ ਟੁੱਟਾ ਫੁੱਟਾ ਕੀਤਾ ਦੁਆਵਾਂ ਤੇ ਹੱਥ ਚੁੱਕੇ ਇਹਨੂੰ ਤਾਂ ਚੰਗੀ ਤਰ੍ਹਾਂ ਦੁਆਵਾਂ ਕਰਨੀਆਂ ਵੀ ਨਹੀਂ ਆਉਂਦੀਆਂ ਐਨ ਕਰਕੇ ਆਪਣੀ ਚਿੱਟੀ ਤਾੜੀ ਲੈ ਕੇ ਰਹਿਮਾਨ
ਭਗਵਾਨ ਦੇ ਸਾਹਮਣੇ ਆ ਗਿਆ। ਅੱਲਾ ਪਾਕ ਫਰਮਾਉਂਦੇ ਨੇ ਓਏ ਵੇਖੋ ਆ ਗਿਆ ਜੇ, ਸਾਰੀ ਉਮਰਾਂ ਦਾ ਬਾਗੀ ਆ ਗਿਆ ਜੇ, ਸਾਰੀ ਉਮਰਾਂ ਦਾ ਗੁਨਹਗਾਰ ਆ ਗਿਆ ਜੇ, ਯਾ ਅੱਲਾ ਕੀ ਕਰੋਗੇ। ਅੱਲਾ ਕਹਿੰਦੇ ਨੇ ਆਵਨ ਦਾ ਮੁੱਲ ਪਾਇਆ ਕੇ ਸਾਰੇ ਗੁਨਾਹ ਹੀ ਮੁਆਫ ਕਰ ਦਿੱਤੇ ਨੇ। ਚਿੱਟੀ ਦਾੜੀ ਦਾ ਹਯਾ ਉਲਾਸ ਨੇ ਨਹੀਂ ਕੀਤਾ, ਮੈਂ ਮੁਆਫ ਕਰ ਦਿੱਤਾ। ਆਦਰ ਕੇਵਲ ਤਰਲੇ ਮਾਰਦਾ ਪਿਆ, ਮਿੰਤਾਂ ਕਰਦਾ ਪਿਆ, ਮਿੰਤਾਂ ਕਰਦਾ ਕਰਦਾ ਫੌਤ ਹੋ ਗਿਆ ਨਾ, ਦਿਨ ਚੜ ਪਿਆ ਨਾ। ਲੋਕੀ ਕਹਿੰਦੇ ਨੇ ਜਾਨ ਛੁੱਟੀ ਸਾਡਾ, ਇਹਦੇ ਤੋਂ ਜਾਨ ਛੁੱਟੀ ਨਾ। ਅੱਲਾਹੁ ਅਕਬਰ ਅੱਲਾ। ਇੱਕ ਬੰਦਾ ਬੋਲਿਆ ਕਹਿੰਦਾ ਅੱਲਾਹ ਸਭਨਾਂ ਨੂੰ ਮੁਆਫ ਕਰਨਗੇ, ਅੱਲਾਹ ਨੇ ਕੇਵਲ ਨੂੰ ਕੋਈ ਨਹੀਂ ਮੁਆਫ ਕਰਨਾ। ਵੱਡਾ ਬੋਲਣਾ ਬੋਲਿਆ ਕਰ। ਉਹਨੇ ਕਹਿਣਾ ਤੂੰ ਕੌਣ ਹੈ, ਕੌਣ ਹੈ ਤੂੰ, ਮਾਫ਼ ਕਰਨਾ ਮੇਰੇ ਹੱਥ ਚੋਂ ਕਿ ਤੇਰੇ ਹੱਥ ਚੋਂ ਮਾਫ਼, ਮੈਂ ਇਹਨੂੰ ਕਰ ਦਿਆਂਗਾ, ਮੈਂ ਤੈਨੂੰ ਕੋਈ ਨਹੀਂ ਕਰਨਾ। ਨਾ ਕਿਸੇ ਨੂੰ ਆਖੀ ਫਲਾਣਾ ਇਹੋ ਜਿਹਾ, ਨਾ ਆਖੀ ਰੱਬ ਨੇ ਇਹਨੂੰ ਮਾਫ਼ ਨਹੀਂ ਕਰਨਾ। ਅੱਲਾ ਕਹਿੰਦਾ ਮੈਂ ਤਾਂ ਵੱਡਿਆਂ ਵੱਡਿਆਂ ਨੂੰ ਮਾਫ਼ ਕਰ ਦੇਣਾ, ਮੈਂ ਤਾਂ ਉਹਨੂੰ ਮਾਫ਼ ਕਰ ਦੇਣਾ ਜਿਹੜਾ ਕਿਆਮਤ ਨੂੰ ਮੇਥੋਂ ਡਰ ਜਾਵੇ। ਕਿਉਂ ਜੀ, ਇੱਕ ਬੰਦੇ ਨੂੰ ਬੁੱਕਲ ਚੋਂ ਅੱਲਾ ਲੈ ਲੈਣਗੇ, ਆਹ ਗੁਣਾ ਤੇਰੇ ਨੇ। ਹਾਂਜੀ ਮੇਰੇ ਨੇ। ਅੱਛਾ ਵੇਰੇਗਾ ਨਹੀਂ, ਕੰਬੀ ਜਾਏਗਾ। ਅੱਲਾ ਕਹਿਣਗੇ ਕੰਬਣਾ, ਹੁਣ ਡਰਦਾ ਪਿਆ, ਜਦੋਂ ਕੀਤੇ ਸੀ ਉਦੋਂ ਡਰਿਆ ਨਹੀਂ, ਚੱਲ ਹੁਣ ਡਰਨ ਦਾ ਮੁੱਲ ਪਾਇਆ ਜਾ, ਹੁਣ ਹੀ ਸਾਰੇ ਮੁਆਫ਼ ਕਰ ਦਿੱਤੇ ਨੇ। ਪਰ ਵੀਰਾ ਅੱਲਾ ਬੜਾ ਗਫੂਰ ਰਹੀ ਮੈਂ, ਇਹ ਜਨਾਬ ਨਾ ਅੱਲਾ ਦੇ ਸਾਹਮਣੇ ਸਜਦੇ ਪਿਆ ਹੀ ਫੌਤ ਹੋ ਗਿਆ, ਜਾਂ ਜਿਵੇਂ ਵੀ ਫੌਤ ਹੋ ਗਿਆ, ਤੌਬਾ ਕਰਦਾ ਕਰਦਾ ਤਰਲਾ ਲੈਂਦਾ ਲੈਂਦਾ। ਲੋਕਾਂ ਆਖਿਆ ਇਹਨੂੰ ਕੋਈ ਮੁਆਫ਼ੀ ਮੁਫ਼ੀ ਨਹੀਂ ਹੈਗੀ। ਅੱਲਾ ਕਹਿੰਦੇ ਨੇ ਖਲੋ ਜਾਓ, ਮੈਂ ਤੁਹਾਨੂੰ ਵਿਖਾਣ ਤੇ ਵਿਖਾਵਾਂਗਾ ਵੀ ਇਹੋ ਜਿਹਾ ਕਿ ਕਿਆਮਤ ਤੱਕ ਲਈ ਇਸ ਮਿਸਾਲ ਨੂੰ ਜ਼ਿੰਦਾ ਫਰਮਾ ਦੇਵਾਂਗਾ। ਇੰਝ ਕਰਕੇ ਲੋਕ ਵੇਖ ਰਹੇ ਨੇ, ਦਰਵਾਜ਼ੇ ਦੇ ਉੱਤੇ ਲਿਖਿਆ ਜਾ ਰਿਹਾ ਇਨ ਅੱਲਾਹ ਕਦ ਗਫਾਰਾ ਲਿਲ ਕਿਫਲ। ਰਾਤੀਆਂ ਨੇ ਇਹੋ ਜਿਹੀਆਂ ਬੋਲੀਆਂ ਬੋਲੀਆਂ ਨੇ, ਰਾਤੀਆਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ, ਇਹੋ ਜਿਹੀਆਂ ਡੀਕਰਾਂ ਮਾਰੀਆਂ ਸੂ, ਇਹੋ ਜਿਹਾ ਤਰਲਾ ਲਿਆ ਸੂ, ਮੇਰੇ ਅਰਸ਼ ਨੂੰ ਹਿਲਾ ਕੇ ਰੱਖ ਦਿੱਤਾ ਸੂ। ਲੋਕੋ ਸੁਣ ਲਓ, ਮੇਰੀ ਇਹਦੀ ਸੁਲਾਹ ਹੋ ਗਈ, ਮੈਂ ਰੱਬ ਨੇ ਇਹਨੂੰ ਮੁਆਫ਼ ਫਰਮਾ ਦਿੱਤਾ ਹੈ। ਤਾਂ ਮੇਰੇ ਭਾਈ ਦੇਰ ਕਹਿੰਦੀ ਹੈ ਉਹ ਰੱਬ ਦਰਵਾਜ਼ਾ ਮਾਰ ਰਿਹਾ। ਰਮਦਾਨ ਜਾ ਰਿਹਾ ਲੇਕਿਨ ਤੋਬਾ ਦਾ ਦਰਵਾਜ਼ਾ ਅਜੇ ਵੀ ਖੁੱਲ੍ਹਾ ਹੈ। ਰਮਦਾਨ ਜਾ ਰਿਹਾ ਮਗਰ ਕੁਰਾਨ ਨਹੀਂ ਜਾ ਰਿਹਾ, ਰਮਦਾਨ ਜਾ ਰਿਹਾ ਮਗਰ ਮਸਜਿਦਾਂ ਬੰਦ ਕਿ ਤਾਲੇ ਲੱਗ ਰਹੇ ਨੇ ਕਿ ਭਾਈ ਬਿਲਾਲ ਸਬਸਮ ਤਿਆਰ ਤਾਂ ਨਹੀਂ ਬੈਠੇ ਤਾਲਾ ਲਾਉਣ। ਨਹੀਂ, ਰਮਦਾਨ ਜਾਏਗਾ ਲੇਕਿਨ ਮਸਜਿਦਾਂ ਖੁੱਲੀਆਂ ਰਹਿਣਗੀਆਂ, ਰਮਦਾਨ ਜਾਏਗਾ ਅਜ਼ਾਨਾਂ ਹੁੰਦੀਆਂ ਰਹਿਣਗੀਆਂ, ਰਮਦਾਨ ਜਾਏਗਾ ਕੁਰਾਨ ਤੇਰਾ ਇੰਤਜ਼ਾਰ ਕਰੇਗਾ, ਰਮਦਾਨ ਜਾਏਗਾ ਰਹਿਮਾਨ ਤੇਰਾ ਇੰਤਜ਼ਾਰ ਕਰੇਗਾ। ਓਏ ਮੇਰੇ ਭਾਈ, ਜ਼ਮਾਨੀ ਮੁਸਲਮਾਨ ਨਾ ਬਣ, ਰਮਜ਼ਾਨੀ ਮੁਸਲਮਾਨ ਨਾ ਬਣ, ਮੁਸਲਮਾਨ ਉਹ ਬਣ ਜਿਹੜਾ ਹਰ ਹਾਲ 'ਚੋਂ ਰੱਬ ਦਾ ਬੰਦਾ ਹੈ, ਹਰ ਹਾਲ 'ਚੋਂ ਰੱਬ ਦੀਆਂ ਇਬਾਦਤਾਂ ਕਰਕੇ ਗੁਜ਼ਾਰ ਦਿੰਦਾ ਹੈ। ਵਾਬੁਦ ਰੱਬਾ ਕਹਤਾ ਯਾਤੀਆ ਕਲ ਯਕੀਨ। ਅੱਲਾ ਕਹਿੰਦੇ ਨੇ ਇੱਕ ਦੋ ਦਿਨ ਦੀਆਂ ਇਬਾਦਤਾਂ ਨਹੀਂ ਚਾਹੀਦੀਆਂ, ਇੱਕ ਦੋ ਦਿਨ ਦੀ ਯਾਰੀ ਨਹੀਂ ਚਾਹੀਦੀ, ਸਾਨੂੰ ਸਦਾ ਦੀ ਯਾਰੀ ਚਾਹੀਦੀ ਹੈ। ਸਦਾ ਵਾਸਤੇ ਸਾਡੇ ਬੂਹੇ 'ਤੇ ਆ, ਸਦਾ ਵਾਸਤੇ ਯਾਰੀਆਂ ਲਾ, ਫਿਰ ਅਸੀਂ ਵੀ ਨਿਭਾਵਾਂਗੇ, ਫਿਰ ਐਲਾਨ ਕਰਵਾਵਾਂਗੇ ਮਨ ਕਾਨ ਅਲਿਲਾ ਕਾਨ ਅੱਲਾਹੁ ਲਹੂ, ਤੂੰ ਸਾਡਾ ਹੋ ਗਿਆ, ਅਸੀਂ ਤੇਰੇ ਹੋ ਗਏ। ਅੱਲਾ ਮੇਰਾ ਤੁਹਾਡਾ ਬਹਿਣਾ ਕਬੂਲ ਫਰਮਾਏ। ਵਾ ਆਖਰ ਦਾਵਾਨਾ ਅਲਹਮਦੁਲਿਲਾ। ਲਓ ਜੀ ਲੋਰੀ ਭਾਅ ਜੀ ਸੁਣਾ ਦੀ ਇਜਾਜ਼ਤ। ਲਓ ਜੀ ਲੋਰੀ ਸੁਣੀ ਹੈ ਭਰਾਵਾਂ ਨੇ। ਅੱਲਾ ਪਾਕ ਇਹਨਾਂ ਨੂੰ ਜਜ਼ਾਇ ਖੈਰ ਅਤਾ ਫਰਮਾਏ। ਅੱਲਾ ਮੇਰੇ ਬਜ਼ੁਰਗਾਂ ਦੀ ਕਬਰ ਮੁਨੱਵਰ ਫਰਮਾਏ। ਕਾਰੀ ਅਬਦੁਲ ਹਫੀਜ਼ ਸਾਹਿਬ ਅੱਲਾ ਉਹਨਾਂ ਦੀ ਕਬਰ ਮੁਨੱਵਰ ਫਰਮਾਏ। ਪਤਕ ਓਏ ਦਿਨ ਦੀ ਇਹ ਲੋਰੀ ਸ਼ਿਮਾਮ ਜੁਲਾ ਜੁਲਾ ਕੇ ਯਾ ਰੱਬੇ ਅਬਕੀਲਾ ਨਾਮ ਮੁਹੰਮਦ ਫਰਮਾ ਕੇ
ਦੇਣ ਦੀ ਲੋੜੀ ਜਿਮਾਮ ਔਰ ਜੁਲਾ ਜੁਲਮ ਦੀ ਮਾਲੇ ਮੰਗਦੀ ਦੁਆਵਾਂ ਜੁਲਾ ਜੁਲਮ ਦੀ ਮਾਲੇ ਮੰਗਦੀ ਦੁਆਵਾਂ ਅੱਲਾ ਇਹਦੇ ਹੀ ਨਾਮ ਲਿਖਦੇ ਮੇਰੀਆਂ ਸਾਵਾਂ ਮਾਣੇ ਜਵਾਨੀ ਲੰਬੀ ਉਮਰੇ ਪਾ ਕੇ ਦਿੰਦੀ ਲੋਰੀ ਜਿਮਾਮ ਔਰ ਬੈਣਾ ਜਲਾਵਣ ਜੁਲੇ ਔਰ ਬੈਣਾ ਜਲਾਵਣ ਜੁਲੇ ਵੀਰੇ ਨੇ ਸੱਜ ਦੇ ਬੈਣਾ ਨੂੰ ਵੀਰ ਕਿੱਡੇ ਪਿਆਰੇ ਨੇ ਲੱਗਦੇ ਸ਼ਿਮਾ ਦਾ ਮੈਂ ਪਿਆਰ ਦੱਸਾਂ ਜ਼ਰਾ ਲੋਰੀ ਸੁਣਾ ਕੇ ਦਿੰਦੀ ਲੋਰੀ ਜਿਮਾਮ ਜੁਲਾ ਜੁਲਾ ਕੇ ਤੇ ਕਹਿੰਦੀਆਂ ਕਿਨੇ ਮੇਰਾ ਇਹ ਵੀਰਾ ਮੈਨੂੰ ਬੜਾ ਹੀ ਪਿਆਰਾ ਏ ਮੇਰਾ ਇਹ ਵੀਰਾ ਮੈਨੂੰ ਬੜਾ ਹੀ ਪਿਆਰਾ ਏ ਭਾਵੇਂ ਨਮਨ ਜੰਮਿਆ ਤਾਂ ਵੀ ਹਮਾਰਾ ਏ ਖਿੱਚਦੀ ਏ ਡੋਰੀ ਵੀਰਾ ਸ਼ੀ ਜੁਲੇ ਵਿੱਚ ਪਾ ਕੇ ਦਿੰਦੀ ਏ ਲੋਰੀ ਜਿਮਾ ਐਨ ਕਰਕੇ ਜੁਲਾ ਦੇ ਰਹੀਆਂ ਨੇ ਨਾਲੇ ਕਹਿੰਦੀਆਂ ਕਿਨੇ ਔਰ ਨਸਲੋਂ ਚਾਚੇ ਬਾਬੇ ਸ਼ੱਕ ਨਕਾਈ ਨਸਲੋਂ ਚਾਚੇ ਬਾਬੇ ਸ਼ੱਕ ਨਕਾਈ ਅਸਾਂ ਤਾਂ ਤਾਈਓ ਜਿੰਦੜੀ ਇਹਦੇ ਨਾਲ ਮਿਲਾਈ ਲੱਭ ਲਈ ਗੁਦਾਈ ਪਿਆਰ ਇਹਦੇ ਨਾਲ ਪਾ ਕੇ ਦਿੰਦੀ ਲੋਰੀ ਚੀਮਾ ਔਰ ਕਹਿੰਦੀ ਏ ਚੀਮਾ ਵੀਰੇ ਮੁੱਲ ਨਹੀਂ ਲੱਭਦੇ ਕਹਿੰਦੀ ਏ ਚੀਮਾ ਵੀਰੇ ਮੁੱਲ ਨਹੀਂ ਲੱਭਦੇ ਮੈਨੂੰ ਜੋ ਵੀਰ ਮਿਲਿਆ ਇਹ ਫਜ਼ਲ ਨੇ ਰੱਬ ਦੇ ਲੱਭ ਲਈ ਖੁਦਾਈ ਪਿਆਰ ਇਹਦੇ ਨਾਲ ਪਾ ਕੇ ਦਿੰਦੀ ਏ ਲੋਰੀ ਚੀਮਾ ਅੱਗੇ ਕੀ ਕਹਿੰਦੀਆਂ ਨੇ ਔਰ ਜਿਹੜੀਆਂ ਭੈਣਾਂ ਰੱਬਾ ਔਰ ਜਿਹੜੀਆਂ ਭੈਣਾਂ ਰੱਬਾ ਵੀਰਾਂ ਨੂੰ ਤਰਸੀਆਂ ਜਿਹੜੀਆਂ ਭੈਣਾਂ ਰੱਬਾ ਵੀਰਾਂ ਨੂੰ ਤਰਸੀਆਂ ਚੀਮਾ ਦੀ ਲੋਰੀ ਸੁਣ ਕੇ ਅੱਖਾਂ ਨੇ ਬਰਸੀਆਂ ਅੱਲਾ ਉਹਨਾਂ ਨੂੰ ਵੀਰ ਦੇਵੀ ਫਜ਼ਲ ਫਰਮਾ ਕੇ ਦਿੰਦੀ ਏ ਲੋਰੀ ਚੀਮਾ ਔਰ ਜਿਨ੍ਹਾਂ ਦੇ ਵੀਰ ਟੁਰ ਗਏ ਭੈਣਾਂ ਪਿਆਰੀਆਂ ਜਿਨ੍ਹਾਂ ਦੇ ਵੀਰ ਟੁਰ ਗਏ ਭੈਣਾਂ ਪਿਆਰੀਆਂ ਜੰਨਤ ਫਿਰਦੌਸ ਪਹੁੰਚੇ ਮਾਰ ਉਡਾਰੀਆਂ ਅੱਲਾ ਉਹਨਾਂ ਨੂੰ ਸਬਰ ਦੇਵੀ ਰਹਿਮ ਫਰਮਾ ਕੇ ਦਿੰਦੀ ਏ ਲੋਰੀ ਚੀਮਾ ਜੁਲਾ ਜੁਲਾ ਕੇ ਅੱਲਾ ਕਬੂਲ ਫਰਮਾ।